जस्टी देख रहे हो तुसी, मैं के पी सिंह टू द पॉइंट में तुहाडा सब का स्वागत करता। पंजाब कांग्रेस का कलेष किवें मुकेगा, किहड़े फार्मूले तहत यह सब कुछ तय होवेगा, इस दे विचाले दिल्ली दरबार च बैठकां दौर जारी है। इन्हां बैठकां दे दौर दे विचाले वड्डे वड्डे बयान सामने आ चुके हैं। सुनील जाखड़ पंजाब कांग्रेस के सूबा प्रधान कहिंदे आ कि कैप्टन अमरिंदर सिंह दे नाल जिहड़े सो कॉल्ड सलाहकार है वह इहो जिहे गलत फैसले करवा रहे हैं, तो गलत नूं गलत ही कहणगे। हरीश रावत कहिंदे आ कि 18 नुक्ते आ जिहड़े कैप्टन अमरिंदर सिंह दे अगे रखते आ। प्रताप सिंह बाजवा कहिंदे आ हफ्ते विच सारा कुछ निबड़ चुका, पता नहीं कदों निबड़ूगा सानू नहीं पता का। पर हरीश रावत ने एक वड्डा बयान दिता है कि डेडलाइन दिती गई है कैप्टन अमरिंदर सिंह नूं वादे पूरे करने के लिए। नवजोत सिंह सिद्धू दे लई उन्होंने कहा कि उन्होंने दोबारा सद्या जाएगा, कोई इन्हूं नोटिस कह रहा, कोई इन्हूं तलब कह रहा। पर साडा सवाल यह होगा कैप्टन अमरिंदर सिंह ते नवजोत सिद्धू विचाले जिहड़े दरवाजे बंद होए सीगे, कि हाईकमान के अगे नवजोत सिंह सिद्धू लई दरवाजे खुलते दिखाई दे रहे, बहुत सारे सवाल है। किहड़ी डेडलाइन ते खड़े कैप्टन? पहला बयानबाजी सुन लिए, हुई की है हरीश रावत की कह रहे हैं, प्रताप सिंह बाजवा की कह रहे हैं, सुनील जाखड़ की कह रहे हैं। और कुछ मामलों में EICC ने स्पष्ट तौर पर एक डेडलाइन देकर एक समय सीमा निर्धारित कर उनसे कहा है कि आप इन पर अमल करवाएं। और भी बहुत सारे ऐसे इश्यूज हैं जिन इश्यूज पर 18 ऐसे इश्यूज हैं जिन पर EICC ने, पार्टी ने माननीय मुख्यमंत्री जी से कहा है, और मुख्यमंत्री जी प्रेस कॉन्फ्रेंस करके चंडीगढ़ में इस बात को खुलासा करेंगे। जेड़ी गल सही नहीं उन्हों सही नहीं किया जा सकता। चंद गलत लोग जेड़े है वो कैप्टन साहब तो इस किस्म के फैसले करवा रहे हैं। सो कॉल्ड एडवाइजर जेड़े बने बैठे है उन पिछले दिनों दे विच जिहड़े कैप्टन साहब दे नज़दीक आ गए, दे आर पुटिंग द ऑफिस ऑफ चीफ मिनिस्टर इन स्पॉट। की वे आउट कट रही है मसला सुझाण लई और कितनी जल्दी हो जाएगा? बेटा जे टेलीविजन ते ही दसना हुंदा ते फिर खरगे साहब नू फिर लान दी लोड़ की सी? मेरा ख्याल एक हफ्ते दे विच वे सारा मसला हल। ਵੱਡਾ ਸਵਾਲ ਇੱਕੋ ਪੁੱਛਾਂਗੇ ਅਸੀਂ ਇਸ ਡਿਬੇਟ ਦੇ, ਵੱਡਾ ਸਵਾਲ ਇਹ ਪੁੱਛਾਂਗੇ ਸੂਬਾ ਕਾਂਗਰਸ ਦਾ ਕਲੇਸ਼ ਮਕਾਉਣ ਲਈ ਹਾਈਕਮਾਨ ਦੇ ਫਾਰਮੂਲੇ 'ਚ ਪੰਜਾਬ ਕਿੱਥੇ ਹੈ? ਸਵਾਲ ਪੰਜਾਬ ਦਾ ਹੋਣਾ ਚਾਹੀਦਾ, ਪੰਜਾਬ ਕਿੱਥੇ ਹੈਗਾ? ਇਸ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਜਿਹੜਾ ਸਾਡੇ ਨਾਲ ਮੌਜੂਦ ਹੈ ਉਹਨਾਂ ਤੁਹਾਡਾ ਤਾਰਫ ਕਰਾਉਣਾ ਅਤੇ ਉਸ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਮਾਲਵ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਨੇ, ਮਾਲਵ ਸਿੰਘ ਮਾਲੀ ਨੇ ਸਰਕਾਰਾਂ ਦਾ ਕੰਮ ਦੇਖਿਆ ਹੋਇਆ ਅਤੇ ਇਹਨਾਂ ਨੂੰ ਪਤਾ ਸਿਆਸਤ ਕਹਿੰਦੀ ਕੀ ਹੈ, ਦਿਖਾਉਂਦੀ ਕੀ ਹੈ ਅਤੇ ਵਿਚਰਦੀ ਕਿੱਥੇ ਹੈ, ਇਸ ਕਰਕੇ ਮਾਲੀ ਸਾਹਿਬ ਸੱਦਿਆ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰਿਤਪਾਲ ਸਿੰਘ ਬਲੀਵਾਲ ਕਾਂਗਰਸ ਸਪੋਕਸਪਰਸਨ ਆ, ਬਲੀਵਾਲ ਜੀ ਇਸ ਡਿਬੇਟ ਵਿੱਚ ਪਾਰਟੀਸਪੇਟ ਤਾਂ ਕਰ ਰਹੇ ਨੇ ਪਰ ਕਾਂਗਰਸ ਲਈ ਅੱਜ ਕੱਲ੍ਹ ਡਿਬੇਟ ਬੜੀ ਔਖੀ ਹੋ ਰਹੀ ਹੈ ਕਿਉਂਕਿ ਕਾਂਗਰਸ ਨੂੰ ਸਮਝ ਨਹੀਂ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੀਏ, ਨਵਜੋਤ ਸਿੰਘ ਸਿੱਧੂ ਨਾਲ ਖੜੀਏ ਜਾਂ ਪੰਜਾਬ ਦੇ ਨਾਲ ਖੜੀਏ। ਬਲੀਵਾਲ ਜੀ ਤੁਹਾਡਾ ਬਹੁਤ ਸਵਾਗਤ ਹੈ। ਨੀਲ ਗਰਗ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਨੀਲ ਗਰਗ ਦੀ ਪਾਰਟੀ ਦੇ ਵਿੱਚ ਜੋ ਕੁਛ ਹੋ ਰਿਹਾ ਉਸਦਾ ਨਹੀਂ ਪਤਾ ਪਰ ਕਾਂਗਰਸ ਵਿੱਚ ਜੋ ਕੁਛ ਹੋ ਰਿਹਾ ਉਸ 'ਤੇ ਸਖ਼ਤ ਟਿੱਪਣੀਆਂ ਆਮ ਆਦਮੀ ਪਾਰਟੀ ਕਰਦੀ ਪਈ ਹੈ। ਇਹ ਕਹਿੰਦੇ ਦਿੱਲੀ ਦਰਬਾਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਆਪਦੀ ਕੁਰਸੀ ਦੀ ਭੀਖ ਮੰਗਦੇ ਪਏ ਆ, ਗੋਡੇ ਰੱਖਦੇ ਪਏ ਆ, ਇਹੋ ਜਿਹੇ ਬਿਆਨ ਇਹਨਾਂ ਦੀ ਪਾਰਟੀ ਦੇ ਵੱਲੋਂ ਆ ਰਹੇ। ਨੀਲ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਅਤੇ ਸਤਿੰਦਰ ਸਿੰਘ ਗਿੱਲ ਹਰਾਂ ਦੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੁਰਸੀ ਦਾ ਕਲੇਸ਼ ਹੈ, ਇਹਨਾਂ ਦਾ ਏਜੰਡਾ ਪੰਜਾਬ ਨਹੀਂ ਹੈਗਾ ਅਤੇ ਜਦੋਂ ਕਰੋਨਾ ਦਾ ਪ੍ਰਭਾਵ ਜ਼ਿਆਦਾ ਸੀ, ਕਰੋਨਾ ਦਾ ਅਸਰ ਜ਼ਿਆਦਾ ਸੀ, ਉਦੋਂ ਇਹਨਾਂ ਦੀਆਂ ਤਿੱਖੀਆਂ ਬਿਆਨਬਾਜ਼ੀਆਂ ਸਾਹਮਣੇ ਆਈਆਂ ਸੀ। ਸਤਿੰਦਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਬਲੀਵਾਲ ਜੀ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਬਲੀਵਾਲ ਜੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਜਿਹੜਾ 18 ਨੁਕਾਤੀ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ, ਇਹ 18 ਨੁਕਾਤੀ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਡੈਡਲਾਈਨ ਦੇ ਦਿੱਤੀ ਗਈ ਹੈ ਭਾਈ ਜੇ ਤੁਸੀਂ ਨਹੀਂ ਸੋਰਟ ਆਊਟ ਕਰ ਸਕਦੇ ਪੰਜਾਬ ਦੇ ਮਸਲੇ ਤਾਂ ਫਿਰ ਤਿਆਰ ਰਹੋ, ਅਗਲਾ ਚਿਹਰਾ ਕੋਈ ਹੋਰ ਹੋਊਗਾ? ਬਲੀਵਾਲ ਜੀ ਦੇਖੋ ਗੱਲ ਇਹ ਆ ਆਪਣਾ ਕੀਤੀ ਦੀ, ਪਹਿਲਾਂ ਤਾਂ ਤੁਸੀਂ ਇਹ ਗੱਲ ਆਖੀ ਕਿ ਅੱਜ ਦੀ ਡੇਟ ਕਾਂਗਰਸ ਪਾਰਟੀ ਬੁਲਾਰੇ ਨਹੀਂ ਹੈਗੇ ਕਿ ਕਿਹਦੇ ਨਾਲ ਖੜੀਏ ਕਿ ਨਹੀਂ ਖੜੀਏ, ਕੈਪਟਨ ਨਾਲ ਖੜੀਏ, ਸਿੱਧੂ ਨਾਲ ਖੜੀਏ। ਨਹੀਂ ਸਰ, ਮੈਂ ਸਰ ਇਦਾਂ ਬਲੀਵਾਲ ਜੀ ਮੈਂ ਦੱਸ ਦਿੰਦਾ ਆਪਦਾ ਸਵਾਲ ਮੈਂ ਕੀ ਕਿਹਾ ਸੀ। ਮੈਂ ਇਹ ਨਹੀਂ ਕਿਹਾ ਸੀਗਾ ਬੁਲਾਰੇ ਨਹੀਂ ਹੈਗੇ, ਮੈਂ ਕਿਹਾ ਸੀਗਾ ਕਾਂਗਰਸ ਦੇ ਸਪੋਕਸਪਰਸਨ ਨੂੰ ਇਹ ਹੁਣੇ ਸਮਝ ਨਹੀਂ ਆ ਰਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਖੜੀਏ, ਨਵਜੋਤ ਸਿੰਘ ਸਿੱਧੂ ਨਾਲ ਖੜੀਏ ਜਾਂ ਪੰਜਾਬ ਨਾਲ ਖੜੀਏ। ਬੋਲੋ ਬਲੀਵਾਲ ਜੀ। ਮੈਂ ਇੱਕ ਗੱਲ ਕਹਿ ਰਿਹਾ ਜੀ ਕਿ ਅਸੀਂ ਪੰਜਾਬ ਨਾਲ ਵੀ ਖੜੇ ਹਾਂ, ਅਸੀਂ ਕੈਪਟਨ ਸਾਹਿਬ ਨਾਲ ਵੀ ਖੜੇ ਹਾਂ, ਅਸੀਂ ਸਿੱਧੂ ਸਾਹਿਬ ਨਾਲ ਵੀ ਖੜੇ ਹਾਂ, ਅਸੀਂ
ਕਾਂਗਰਸ ਪਾਰਟੀ ਦੇ ਥੱਲੇ ਖੜੇ ਆ, ਕਾਂਗਰਸ ਪਾਰਟੀ ਦੇ ਥੱਲੇ ਆ ਤੇ ਅਸੀਂ ਖੜੇ ਆ, ਲੜਦੇ ਆ। ਜੇ ਕੋਈ ਸਾਡੀ ਪਾਰਟੀ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕਮੀਆਂ ਪੇਸ਼ੀਆਂ ਨੇ, ਉਹਨਾਂ ਦੀ ਚੀਜ਼ ਨੂੰ ਲੈ ਕੇ ਹਾਈਕਮਾਂਡ ਕੋਲ ਪਹੁੰਚ ਕੀਤੀ ਗਈ, ਉਸਦਾ ਹਾਈਕਮਾਂਡ ਸੰਗਿਆਨ ਵੀ ਲੈ ਰਹੀ ਹੈ। ਕੋਈ ਪੈਂਡਿੰਗ ਇਸ਼ੂਜ ਨੇ ਉਸ ਨੂੰ ਦਰੁਸਤ ਕਰ ਲਿਆ ਜਾਊਗਾ। ਅੱਜ ਜੋ 18 ਨੁਕਤੀ ਪ੍ਰੋਗਰਾਮ ਜੋ ਆਪਣੇ ਕੀ ਕਹਿੰਦੇ ਆ ਆਪਣਾ ਹਾਈਕਮਾਂਡ ਨੇ ਦੱਸੇ ਨੇ, ਰਾਵਤ ਸਾਹਿਬ ਨੇ ਆਖਿਆ ਵਾ ਕਿ ਆਹ ਚੀਜ਼ਾਂ ਦੇ ਉੱਪਰ ਵਰਕ ਕਰਨ ਵਾਲੇ ਆ, ਉਹਨਾਂ ਨੇ ਵਰਕਆਊਟ ਹੋਣਾ ਵੀ ਚਾਹੀਦਾ। ਅਸੀਂ ਪਹਿਲਾਂ ਤੋਂ ਲੱਗੇ ਹੋਏ ਹਾਂ, ਬੇਅਦਬੀ ਦੇ ਇਸ਼ੂ ਤੇ ਕੋਟਕਪੂਰਾ ਗੋਲੀਕਾਂਡ ਦਾ ਇਸ਼ੂ ਦੇ ਉੱਪਰ ਸਾਰਾ ਇਸ਼ੂ ਹੋਇਆ, ਇੱਕ ਹਾਈ ਕੋਰਟ ਦੀ ਟਿੱਪਣੀ ਆਈ, ਉਸ ਤੋਂ ਬਾਅਦ ਸਾਰੇ ਜਾਣੇ ਲੱਗੇ ਹੋਏ ਆ ਤੇ ਉਸਦੇ ਰਿਜ਼ਲਟ ਵੀ ਆ ਰਹੇ ਆ। ਘਰ ਬਾਦਲ ਸਾਹਿਬ ਤੋਂ ਵੀ ਪੁੱਛਗਿੱਛ ਹੋ ਗਈ, ਆਉਣ ਵਾਲੇ ਦਿਨਾਂ 'ਚ ਹੋਰ ਕੁੱਝ ਵੀ ਬਹੁਤ ਕੁੱਝ ਹੋਣ ਵਾਲਾ ਵਾ, ਤੋਂ ਅੱਗੇ ਆਊਗਾ। ਤੇ ਐਕਸ਼ਨ ਕਰਨ ਲਈ ਤੇ ਆਉਣ ਵਾਲੀ 2022 ਲਈ ਅਸੀਂ ਮੀਟਿੰਗਾਂ ਕਰੀਏ, ਉਹਨੂੰ ਤੁਸੀਂ ਕਲੇਸ਼ ਦਾ ਨਾਮ ਲੈ ਦਿਓ, ਉਹਨੂੰ ਸਾਡੀ ਰਣਨੀਤੀ ਦਾ ਪਾਰਟ ਗਿਣ ਲਓ ਜਾਂ ਹੋਰ ਕੁੱਝ ਗਿਣ ਲਓ, ਛੋਟੀ ਹੈ ਉੱਪਰ। ਬਲੀਵਾਲ ਜੀ, ਆਪਾਂ ਡਿਬੇਟ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਸਵਾਲ ਦਾ ਜਵਾਬ ਮੈਨੂੰ ਦੇ ਦਿਓ। ਕੈਪਟਨ ਅਮਰਿੰਦਰ ਸਿੰਘ ਇੰਨੇ ਪੁਰਾਣੇ ਪੋਲੀਟੀਸ਼ੀਅਨ ਹੈ, ਤੁਹਾਡੇ ਕੁਝ ਲੋਕ ਇਹ ਕਹਿ ਰਹੇ ਆ ਕਿ ਪੰਜਾਬ ਵਿੱਚ ਕਾਂਗਰਸ ਦਾ ਮਤਲਬ ਕੈਪਟਨ ਹੈ, ਤੇ ਸਰ ਉਸ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸੋ ਕਾਲਡ ਐਡਵਾਈਜ਼ਰ ਆ ਉਹ ਪਟਕਾ ਸਕਦੇ ਆ ਸਰ? ਉਹ ਦੱਸ ਸਕਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਆਹ ਫੈਸਲੇ ਕਰ ਲਓ? ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੋਰ ਰਾਹ ਦੇ ਸਕਦਾ ਕੋਈ, ਤੁਹਾਡੇ ਪ੍ਰਧਾਨ ਸਾਹਿਬ ਕਹਿ ਰਹੇ ਆ? ਬਲੀਵਾਲ ਜੀ ਦੇਖੋ, ਜਾਖੜ ਜੋ ਜਾਖੜ ਸਾਹਿਬ ਦੀ ਸਟੇਟਮੈਂਟ ਹੈ, ਉਹ ਸਟੇਟਮੈਂਟ ਹੈਗੀ ਹੈ ਜਿਹੜੀ ਨੌਕਰੀ ਦਾ ਇਸ਼ੂ ਸੀ, ਤੇ ਉਸ ਨੌਕਰੀ ਦੇ ਇਸ਼ੂ ਦੇ ਵਿੱਚ ਠੀਕ ਹੈ ਕਿਸੇ ਨੂੰ ਮਾਂ ਬਾਤੀ ਕਿਸੇ ਨੂੰ ਸਵਾਦੀ, ਤੇ ਇਸ ਕਰਕੇ ਜੇ ਪਾਰਟੀ ਦੇ ਵਿੱਚ ਦੋ ਵਿਚਾਰਧਾਰਾ ਪਾਂਡੇ ਜੀ ਦੀ ਵੀ ਮੈਨੂੰ ਲੱਗਦਾ ਉਮੀਦ ਹੈ ਥੋੜੇ ਚਿਰ ਚ ਸਟੇਟਮੈਂਟ ਆਜੂਗੀ, ਉਹ ਵੀ ਇਸ ਨੂੰ ਡਿਨਾਇਲ ਕਰ ਦੇਣਗੇ। ਸੋ ਇਸ਼ੂ ਸਾਡੇ ਘਰੇ ਪੈਦਾ ਹੁੰਦੇ ਨੇ ਕਿਉਂਕਿ ਇੱਥੇ ਡੈਮੋਕ੍ਰੇਸੀ ਆ, ਗੱਲ ਕਰਨ ਦਾ ਅਧਿਕਾਰ ਹੈਗਾ। ਇਹ ਜਿਹੜੀਆਂ ਦੋ ਪਾਰਟੀਆਂ ਬੈਠੀਆਂ ਨੇ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਅਕਾਲੀ ਦਲ ਕੋਲ ਤਾਂ ਰਾਈਟ ਹੀ ਨਹੀਂ, ਬੰਦੇ ਛੱਡ ਛੱਡ ਕੇ ਜਾ ਰਹੇ। ਢੀਂਡਸਾ ਸਾਹਿਬ ਨੇ ਕੀ ਗੱਲ ਆਖੀ? ਕੋਰ ਕਮੇਟੀ 'ਚ ਕਹਿੰਦੇ ਸੀ ਸਾਡੀ ਗੱਲ ਹੋ ਗਈ, ਉਦੋਂ ਬਾਅਦ ਬਾਹਰ ਹੀ ਨਹੀਂ ਨਿਕਲੀ ਅੱਜ ਤੱਕ, ਤੇ ਉਹ ਬੇਅਦਬੀ ਦਾ ਇਸ਼ੂ ਹੋਇਆ, ਬਾਕੀ ਚੀਜ਼ਾਂ ਹੁਣ ਅਸੀਂ ਉਹ ਤਾਂ ਗੱਲ ਕਹਿੰਦੇ ਹੀ ਨਹੀਂ ਪਏ। ਕੱਲ੍ਹ ਹੁਣ ਮੈਂ ਇੱਕ ਮਿੰਟ ਹੋਰ, ਉਹ ਜਦੋਂ ਕੋਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਾਇਆ ਗਿਆ ਨਾ, ਮੈਂ ਬੜਾ ਮੈਨੂੰ ਬੜਾ ਤਰਸ ਆਇਆ ਪੰਜਾਬ ਦੇ ਲੋਕਾਂ ਦੇ, ਜਿਹੜੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਸੀ ਨਾ, ਮਗਰ ਲਾਈਨ ਲਾ ਕੇ ਖੜੇ ਕਰਾ ਲਏ ਤੇ ਅੱਗੇ ਉਹਦਾ ਫੇਸ ਬਣਾ ਕੇ ਦੱਸਤਾ ਜੀ। ਉਹ ਅਮਨ ਅਰੋੜੇ ਦੀ ਸ਼ਕਲ ਦੇਖਣ ਵਾਲੀ ਸੀ ਤੇ ਬਾਕੀ ਦੀ ਵੀ ਦੇਖਣ ਵਾਲੀ ਸੀ, ਮੂੰਹ ਉਲਟੇ ਪਏ ਸੀਗੇ। ਚਲੋ ਚਲੋ, ਮੈਂ ਵਾਪਸ ਆਊਂਗਾ ਤੁਹਾਡੇ ਕੋਲ ਬਲੀਵਾਲ ਜੀ। ਮਾਲਵਿੰਦ ਸੰਭਾਲੀ, ਮੈਂ ਬਾਕੀ ਪਾਰਟੀਆਂ ਜਾਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਕਮੈਂਟ ਲੈਣਾ ਚਾਹੁੰਦਾ, ਉਸ ਤੋਂ ਬਾਅਦ ਡਿਬੇਟ ਓਪਨ ਕਰ ਦੂੰਗਾ। ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਤੁਹਾਨੂੰ ਇਉਂ ਲੱਗਦਾ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਲਈ ਇੱਕ ਇਸ਼ਾਰਾ ਕੀਤਾ ਗਿਆ ਭਾਈ ਜਿਹੜੇ ਪੋਲ ਪ੍ਰੋਮਿਸਿਸ ਹੈਗੇ ਆ ਸਾਡੇ ਮੈਨੀਫੈਸਟੋ ਦੇ ਵਾਅਦੇ ਹੈਗੇ ਆ ਉਹਨਾਂ ਨੂੰ ਪੂਰੇ ਕਰਨਾ ਹੀ ਪੈਣਾ, ਇਸ ਤੋਂ ਇਲਾਵਾ ਕੋਈ ਹੱਲ ਨਹੀਂਗਾ? ਇਹਦਾ ਮਤਲਬ ਜੇ ਮੈਨੂੰ ਇਹ ਸਮਝ ਆ ਰਿਹਾ ਹੈ ਕਿ ਹੁਣ ਕਾਂਗਰਸ ਕੁਰਸੀ ਦੇ ਕਲੇਸ਼ ਦੇ ਵਿਚਾਰੋਂ ਨਿਕਲ ਕੇ ਮੁੱਦਿਆਂ 'ਤੇ ਮੰਥਨ ਕਰਨ ਲੱਗ ਪਈ ਹੈ, ਅਤੇ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਗੱਲ ਵਾਰ ਵਾਰ ਕਰਦੇ ਪਏ ਆ। ਮਾਲੀ ਸਾਹਿਬ, ਪਹਿਲੀ ਗੱਲ ਕੇ ਪੀ ਜੀ ਇਹ ਆ, ਕਾਂਗਰਸ ਦੇ ਵਿੱਚ ਕੁਰਸੀ ਦਾ ਕਲੇਸ਼ ਹੁਣ ਹੈ ਨਹੀਂ, ਜੋ ਸਾਰਾ ਇਹ ਸੰਕਟ ਆ ਇਹ ਵਿਚਾਰਾਂ ਦਾ ਸੰਕਟ ਆ, ਨੀਤੀ ਦਾ ਸੰਕਟ ਆ, ਫੈਸਲਿਆਂ ਦਾ ਸੰਕਟ ਆ। ਇਹਨੂੰ ਇਹ ਕਹਿਣਾ ਵੀ ਦੋ ਬੰਦਿਆਂ ਦੀ ਲੜਾਈ ਆ, ਅਹੁਦਿਆਂ ਦੀ ਲੜਾਈ ਆ, ਇਹ ਕੋਸ਼ਿਸ਼ ਕੀਤੀ ਸਾਰਿਆਂ ਨੇ, ਸਾਰੀਆਂ ਸਿਆਸੀ ਪਾਰਟੀਆਂ ਲਈ, ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸ, ਇੱਕ ਇਹੋ ਜਿਹਾ ਮਸਲਾ ਬਣ ਗਿਆ ਜੇ ਖਾਂਦੇ ਆ ਤਾਂ ਕੋੜੀ, ਜੇ ਛੱਡਦੇ ਆ ਤਾਂ ਕਲੰਕੀ। ਨਵਜੋਤ ਸਿੰਘ ਸਿੱਧੂ ਨੇ ਆਖਰ 'ਚ ਇਹ ਕਹਿਤਾ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੇਰੇ ਆਹ ਮੁੱਦੇ ਨੇ। ਕੈਪਟਨ ਅਮਰਿੰਦਰ ਸਿੰਘ ਆਹ ਮੁੱਦਿਆਂ ਨੂੰ ਲੈ ਕੇ ਚੱਲੇ, ਆਹ ਸੋਚ ਲੈ ਕੇ ਚੱਲੇ, ਮੈਂ ਪਿੱਛੇ ਚੱਲਣ ਨੂੰ ਤਿਆਰ ਹਾਂ। ਸਿਆਸੀ ਪਾਰਟੀਆਂ ਦਾ ਸੰਕਟ ਇਹ ਆ, ਇਹ ਵੀ ਉਹਨਾਂ ਮੁੱਦਿਆਂ ਬਾਰੇ ਆਪਣੀ ਪੋਜੀਸ਼ਨ ਕਲੀਅਰ ਨਹੀਂ ਕਰਨੀਆਂ ਚਾਹੁੰਦੀਆਂ, ਵੀ ਜੋ ਏਜੰਡੇ ਜੋ ਮੁੱਦੇ ਉਭਾਰੇ ਨਵਜੋਤ ਸਿੰਘ ਸਿੱਧੂ ਨੇ, ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਲੈ ਕੇ, ਕਿਸਾਨ ਸੰਕਟ ਤੋਂ ਲੈ ਕੇ, ਮਤਲਬ ਸ਼ਰਾਬ ਮਾਫੀਆ, ਸੈਂਡ ਮਾਫੀਆ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ ਤੇ ਆਪਣਾ ਕੇਬਲ ਮਾਫੀਆ, ਉਹਨੇ ਕਿਹਾ ਮੇਰਾ ਰੌਲਾ ਮੁੱਦਿਆਂ ਦਾ, ਤੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਵੀ ਮੁੱਦੇ ਨੂੰ ਛੱਡ ਕੇ ਅਸੀਂ ਬੰਦਿਆਂ ਦੀ ਲੜਾਈ ਬਣਾਈਏ, ਵਿਚਾਰ ਮੰਥਨ ਦੇ ਰਾਹ ਨਾ ਤੁਰੀਏ।
ਚੰਗੀ ਗੱਲ ਇਹ ਹੋਈ ਆ ਕਿ ਕਾਂਗਰਸ ਪਾਰਟੀ ਵਿਚਾਰ ਮੰਥਨ ਦੇ ਰਾਹ ਪਈ ਆ, ਉਹਨੇ 18 ਕਾਤੀ ਪ੍ਰੋਗਰਾਮ ਦਿੱਤਾ। ਇਹਦੇ ਖਾਤਰ ਇਹ ਸਾਰੀਆਂ ਸਿਆਸੀ ਪਾਰਟੀਆਂ, ਕਿਉਂਕਿ ਜੇ ਕਹਿੰਦੇ ਨੇ ਜੱਟ ਇਹ ਕਹਿਣ ਨਵਜੋਤ ਸਿੰਘ ਸਿੱਧੂ ਜੋ ਨੀਤੀ ਪਾਲਸੀ ਸਾਹਮਣੇ ਲਿਆ ਰਿਹਾ ਉਹ ਗਲਤ, ਅਸੀਂ ਇਹਨੂੰ ਪ੍ਰਵਾਨ ਨਹੀਂ ਕਰਾਂਗੇ, ਜਾਂ ਅਸੀਂ ਉਹਨੂੰ ਵਧੀਆ ਲਿਆਵਾਂਗੇ ਜਾਂ ਅਸੀਂ ਪ੍ਰਵਾਨ ਕਰਾਂਗੇ, ਕਿਉਂਕਿ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਾਰੀ ਸਿਆਸਤ ਲਈ, ਸਾਰੀ ਸਿਆਸੀ ਪਾਰਟੀਆਂ ਲਈ ਇੱਕ ਬੜਾ ਵੱਡਾ ਸੰਕਟ ਖੜਾ ਕਰਤਾ ਵੀ ਇਹਨਾਂ ਬਾਰੇ ਬੋਲੋ ਤੁਸੀਂ ਕੀ ਕਰੋਗੇ, ਇਦੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਚਲੋ ਨਹੀਂ ਹੋ ਸਕਦਾ। ਠੀਕ ਠੀਕ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ। ਕੈਪਟਨ ਅਮਰਿੰਦਰ ਸਿੰਘ ਦੀ ਜੋ ਸਰਕਾਰ ਬਣੀ ਸੀ ਤਾਂ 9-9-31 ਪ੍ਰੋਗਰਾਮ ਲੈ ਕੇ ਆਏ ਸੀਗੇ, ਹੁਣ ਸਰਕਾਰ ਜੋ ਜਾਣ ਵਾਲੀ ਹੈ, ਸਰਕਾਰ ਦੇ ਆਖਰੀ 6 ਮਹੀਨੇ ਰਹਿ ਗਏ ਆ, ਉਦੋਂ 18-31 ਪ੍ਰੋਗਰਾਮ ਅੱਗੇ ਰੱਖ ਦਿੱਤਾ ਗਿਆ, ਪਰ ਇਹਨਾਂ 9-31 ਪ੍ਰੋਗਰਾਮਾਂ ਦੇ ਵਿਚਾਲੇ ਜੇ ਬਰਗਾੜੀ ਤੋਂ ਬਿਜਲੀ ਤੱਕ ਮੰਥਨ ਹੋ ਰਿਹਾ, ਬਰਗਾੜੀ ਤੋਂ ਬਿਜਲੀ ਤੱਕ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਮੁੱਦਿਆਂ 'ਤੇ ਕਾਂਗਰਸ ਵਾਪਸ ਮੁੜਦੀ ਹੋਈ ਦਿਖਾਈ ਦਿੰਦੀ ਹੈ। ਪਰ ਇੰਨਾ ਘੱਟ ਸਮੇਂ ਦੇ ਵਿੱਚ ਕੀ ਇਹ ਮੁੱਦੇ ਹੱਲ ਹੋ ਸਕਦੇ, ਸਵਾਲ ਇਹੀ ਹੈ। ਵਾਪਸ ਆ ਰਿਹਾ ਵੱਡਾ ਸਵਾਲ, ਅਸੀਂ ਇਹ ਪੁੱਛ ਰਹੇ ਹਾਂ ਕਿ ਸੂਬਾ ਕਾਂਗਰਸ ਅਖਿਲੇਸ਼ ਮਕਾਉਣ ਲਈ ਹਾਈਕਮਾਨ ਦੇ ਫਾਰਮੂਲੇ 'ਚ ਪੰਜਾਬ ਕਿੱਥੇ ਹੈ? ਨੀਲ ਗਰਗ ਸਾਹਿਬ, ਆਮ ਆਦਮੀ ਪਾਰਟੀ ਦਾ ਪਹਿਲਾ ਕਮੈਂਟ ਕੀ ਹੋਣਾ ਚਾਹੀਦਾ ਜਿਹੜਾ 18-31 ਪ੍ਰੋਗਰਾਮ ਅਤੇ ਡੈਡਲਾਈਨ ਦੀ ਗੱਲ ਕਾਂਗਰਸ ਦੀ ਇਹ 3 ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ? ਦੇਖੋ, ਭਾਵੇਂ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈਗਾ ਔਰ ਜਿਸ ਤਰੀਕੇ ਦੀ ਕੁਰਸੀ ਦੀ ਕਲੇਸ਼ ਇਹਨਾਂ ਦੇ ਵਿੱਚ ਪਿਆ ਹੋਇਆ ਹੈਗਾ, ਪਰ ਜੇ ਅੱਜ ਇਹ ਮੁੱਦਿਆਂ ਦੀ ਗੱਲ ਕਰ ਰਹੇ ਹੈਗੇ ਤਾਂ ਮੈਂ ਸਮਝਦਾ ਇਹ ਇੱਕ ਚੰਗਾ ਸ਼ਗਨ ਹੈਗਾ, ਕਿਉਂਕਿ ਸਾਡੀ ਤੇ ਸ਼ੁਰੂ ਤੋਂ ਹੀ ਇਹ ਰਿਹਾ ਹੈਗਾ ਕਿ ਅਸੀਂ ਲਗਾਤਾਰ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਮੁੱਦਿਆਂ ਦੇ ਉੱਤੇ ਗੱਲ ਕਰੋ। ਜਿਹੜੇ ਮੁੱਦੇ ਅੱਜ ਨਵਜੋਤ ਸਿੰਘ ਸਿੱਧੂ ਉਠਾ ਰਿਹਾ ਹੈ, ਭਾਵੇਂ ਉਹ ਲਿਕੁਰ ਕਾਰਪੋਰੇਸ਼ਨ ਬਣਾਉਣ ਦੀ ਗੱਲ ਹੋਵੇ, ਮਾਈਨਿੰਗ ਪਾਲਿਸੀ ਬਣਾਉਣ ਦੀ ਗੱਲ ਹੋਵੇ, ਕੇਵਲ ਪਾਲਿਸੀ ਬਣਾਉਣ ਦੀ ਗੱਲ ਹੋਵੇ, ਜਾਂ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦੀ ਗੱਲ ਹੋਵੇ, ਪਿਛਲੇ 4.5 ਸਾਲ ਤੋਂ ਲਗਾਤਾਰ ਅਸੀਂ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਦੇ ਬਾਹਰ ਇਹਨਾਂ ਦੇ ਮੁੱਦਿਆਂ ਦੇ ਉੱਤੇ ਹੀ ਗੱਲ ਕਰ ਰਹੇ ਹਾਂ। ਪਰ ਇਹ ਮਸਲਾ ਜਿਹੜਾ ਹੈਗਾ ਬਿਲਕੁਲ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਔਰ ਸਾਰਿਆਂ ਤੋਂ ਵੱਡੀ ਗੱਲ ਤੇ ਹੈਗੀ ਹੈ ਕਿ ਅੱਜ ਜਿਹੜਾ ਹੈਗਾ ਕੈਪਟਨ ਸਾਹਿਬ ਲਈ ਇੱਕ ਬਹੁਤ ਵੱਡਾ ਸੰਕਟ ਪੈਦਾ ਹੋਇਆ ਪਿਛਲੇ ਦਿਨੀ ਜਿਹੜਾ ਇਹਨਾਂ ਨੇ ਫੈਸਲਾ ਲਿਆ ਸੀ, ਜਿੱਦਾਂ ਹੁਣ ਬਲੀਆ ਸਾਹਿਬ ਬਲੀਆਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਅਰਜੁਨ ਜਿਹੜਾ ਹੈਗਾ ਬਾਜਵਾ ਉਹਨਾਂ ਨੇ ਡਿਨਾਈ ਕਰਤਾ ਹੈਗਾ ਤੇ ਪਾਂਡੇ ਸਾਹਿਬ ਦੇ ਫਰਜ਼ੰਦ ਨੇ ਵੀ ਉਸਨੂੰ ਵਾਪਸ ਕਰ ਦੇਣਾ, ਫਿਰ ਫਜੀਅਤ ਜ਼ਰੂਰ ਕਰਾਉਣੀ ਸੀਗੀ, ਕਿਉਂਕਿ ਇਸ ਫੈਸਲੇ ਦੇ ਉੱਤੇ 5-5 ਮੰਤਰੀ ਜਿਹੜੇ ਹੈ ਜਦੋਂ ਕੈਪਟਨ ਦਾ ਜਾਂ ਕਪਤਾਨ ਦਾ ਵਿਰੋਧ ਕਰ ਰਹੇ ਹੋਣ, ਉਹਨਾਂ ਦੇ MLA ਵਿਰੋਧ ਕਰ ਰਹੇ ਹੋਣ ਔਰ ਪਾਰਟੀ ਦਾ ਪ੍ਰਧਾਨ ਵਿਰੋਧ ਕਰ ਰਿਹਾ ਹੋਵੇ ਤਾਂ ਨੈਤਿਕਤਾ ਦੇ ਆਧਾਰ ਤੇ ਵੈਸੇ ਯਾਨੀ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਕੈਪਟਨ ਸਾਹਿਬ ਨੂੰ ਆਪਣੀ ਕੁਰਸੀ ਤੇ ਬਣੇ ਰਹਿਣ ਦਾ, ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹ ਕੈਪਟਨ ਨਹੀਂ ਹੁੰਦਾ, ਉਹ ਕਪਤਾਨ ਨਹੀਂ ਹੁੰਦਾ ਜਿਹਦੀ ਜਿਹਦੇ ਵੱਲ ਉਂਗਲਾਂ ਉਸਦੀ ਟੀਮ ਆਪਣੀ ਉਠਾਉਂਦੀ ਹੋਵੇ। ਚਲੋ ਨੀਰਗਲ ਸਾਹਿਬ, ਆਮ ਆਦਮੀ ਪਾਰਟੀ 2022 ਦੀ ਤਿਆਰੀ ਵੱਲ ਤੁਰੀ ਹੋਈ ਹੈ, ਸਾਰੇ ਤੁਸੀਂ ਤਿਆਰੀ ਕਰਦੇ ਪਏ ਹੋ, ਤੁਹਾਨੂੰ ਕਿਹੜਾ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੈ ਤੁਹਾਡੇ ਸਾਹਮਣੇ ਚਾਹੀਦਾ? ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਨਕਾਰ ਰਹੇ ਹੋ, ਨਵਜੋਤ ਸਿੰਘ ਸਿੱਧੂ ਪਸੰਦ ਹੈ ਤੁਹਾਨੂੰ, ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਰਾਜਨੀਤੀ ਕਰਦੇ, ਜਿਹੜੀ ਰਾਜਨੀਤੀ ਤੁਸੀਂ ਗੱਲ ਕਰਦੇ ਪਏ ਹੋ, ਤੁਸੀਂ ਇਹ ਦਾਅਵਾ ਕਰਦੇ ਹੋ ਕਿ ਸਾਡੇ ਅਸੀਂ ਵਾਰ ਵਾਰ ਆਵਾਜ਼ ਚੁੱਕਦੇ ਸੀ ਤੇ ਸਿੱਧੂ ਸਾਹਿਬ ਨੇ ਮੁੱਦੇ ਚੁੱਕੇ ਆ? ਦੇਖੋ KP ਜੀ, ਇਹ ਤਾਂ ਹੈਗਾ ਕਾਂਗਰਸ ਦਾ ਅੰਦਰੂਨੀ ਮਸਲਾ, ਉਹ ਕਿਸ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਲੜਦੇ ਹੈਗੇ, ਇਹਦੇ ਵਿੱਚ ਨਾ ਤੁਸੀਂ ਫੈਸਲਾ ਕਰ ਸਕਦੇ ਹੋ, ਨਾ ਅਸੀਂ ਫੈਸਲਾ ਕਰ ਸਕਦੇ, ਨਾ ਕੋਈ ਹੋਰ ਪੋਲੀਟੀਕਲ ਪਾਰਟੀ ਫੈਸਲਾ ਕਰ ਸਕਦੀ ਹੈ, ਇਹਦਾ ਫੈਸਲਾ ਜਿਹੜਾ ਹੈਗਾ ਉਹ ਕਾਂਗਰਸ ਨੇ ਕਰਨਾ। ਪਰ ਹਾਂ, ਇਹ ਗੱਲ ਜ਼ਰੂਰ ਹੈ, ਜੇਕਰ ਜਿਹੜਾ ਇਲੈਕਸ਼ਨ ਹੈਗਾ ਉਹ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਲੜਿਆ ਜਾਂਦਾ ਤਾਂ ਮੈਨੂੰ ਇਹ ਲੱਗਦਾ ਸਾਡੀ ਲੜਾਈ ਜਿਹੜੀ ਹੈ ਉਹ ਬਹੁਤ ਸੌਖੀ ਹੋ ਜਾਏਗੀ, ਕਿਉਂਕਿ ਕੈਪਟਨ ਸਾਹਿਬ ਦਾ ਜਿਹੜਾ ਇਮੇਜ 2017 ਤੋਂ ਪਹਿਲਾਂ ਸੀ, ਕਿਉਂਕਿ ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਜਿਹੜਾ ਲੋਕਾਂ ਨੇ ਦੇਖਿਆ ਸੀ, ਅੱਜ ਉਸਦੇ ਬਿਲਕੁਲ ਉਲਟ ਹੈਗਾ, ਕਿਉਂਕਿ ਉਹ ਮੁੱਖ ਮੰਤਰੀ ਜਿਹੜਾ 2017 ਦੇ ਵਿੱਚ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਂਦਾ ਹੈ ਔਰ ਇਮੋਸ਼ਨਲ ਵਾਅਦੇ ਲੋਕਾਂ ਨਾਲ ਕਰਦਾ, ਭਾਵੇਂ ਉਹ ਘਰ ਘਰ ਨੌਕਰੀ ਦੀ ਗੱਲ ਹੋਵੇ, ਕਰਜ਼ਾ ਮਾਫੀ ਦੀ ਗੱਲ ਹੋਵੇ, ਬੇਅਦਬੀ ਦੀ ਗੱਲ ਹੋਵੇ, ਮਾਫੀਆ ਨੂੰ ਕੰਟਰੋਲ ਕਰਨ ਦੀ ਗੱਲ ਹੋਵੇ, ਔਰ ਉਹ ਮੁੱਕਰਦਾ ਉਹਨਾਂ ਵਾਅਦਿਆਂ ਤੋਂ ਪੂਰੇ ਨਹੀਂ ਕਰ ਸਕਦਾ, ਇਹ ਇੱਕ ਤਰ੍ਹਾਂ ਦਾ ਬੇਅਦਬੀ ਹੈਗੀ ਹੈ ਗੁਟਕਾ ਸਾਹਿਬ ਦੀ ਵੀ। ਤਾਂ ਸਾਡੇ ਲਈ ਮੈਨੂੰ ਇਹ ਲੱਗਦਾ ਕਿ ਜੇਕਰ ਕੈਪਟਨ ਸਾਹਿਬ ਦੀ ਅਗਵਾਈ 'ਚ ਇਲੈਕਸ਼ਨ ਲੜਿਆ ਜਾਂਦਾ ਤਾਂ ਸਾਡੇ ਲਈ ਯਾਨੀ ਕਿ ਮੈਦਾਨ ਸੌਖਾ ਹੋ ਜਾਏਗਾ। ਯਾਨੀ ਕਿ ਸਿੱਧੂ ਸਾਹਿਬ ਤੁਹਾਨੂੰ ਟਫ ਕੈਂਡੀਡੇਟ ਲੱਗਦੇ ਆਮ ਆਦਮੀ ਪਾਰਟੀ? ਨਹੀਂ, ਮੈਂ ਇਹ ਨਹੀਂ ਆਖਿਆ, ਮੈਂ ਕਿਹਾ ਵੀ ਸਾਨੂੰ ਹੋਰ ਸੌਖਾ ਹੋ ਜਾਏਗਾ। ਅੱਛਾ, ਸਿੱਧੂ ਕਾਂਗਰਸ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਹੈ ਕਿਹੜੇ ਹਾਲਾਤਾਂ 'ਚ ਪਹੁੰਚੀ ਹੋਈ ਹੈ ਕਾਂਗਰਸ। ਜੇ ਸਿੱਧੂ ਸਾਹਿਬ ਜਿੱਥੇ ਵੀ ਕਾਂਗਰਸ, ਜੇ ਸਿੱਧੂ ਸਾਹਿਬ ਨੂੰ ਅਗਵਾਈ ਦਿੰਦੀ ਹੈ ਕਾਂਗਰਸ, ਫਿਰ ਆਮ ਆਦਮੀ ਪਾਰਟੀ ਦਾ ਟੇਕ ਕੀ ਹੋਣਾ ਚਾਹੀਦਾ? ਸਾਡਾ, ਅਸੀਂ ਤਾਂ ਮੁੱਦਿਆਂ ਦੀ ਗੱਲ ਕਰਾਂਗੇ ਜੀ, ਕੋਈ ਮਰਜ਼ੀ ਹੋਵੇ ਜੀ, ਅਸੀਂ ਤਾਂ ਲਗਾਤਾਰ ਮੁੱਦਿਆਂ ਦੀ ਗੱਲ ਕਰਦੇ ਔਰ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਾਂਗੇ। ਠੀਕ ਹੈ, ਮੁੱਦੇ ਸਿੱਧੂ ਸਾਹਿਬ ਚੱਕਦੇ ਪਏ, ਕੈਪਟਨ ਸਾਹਿਬ ਤਾਂ ਨਹੀਂ ਕਰਦੇ ਪਏ ਹੱਲ।
ਨਹੀਂ ਸਿੱਧ ਮੁੱਦੇ ਨਵਜੋਤ ਸਿੰਘ ਸਿੱਧੂ ਤੇ ਹੁਣ ਚੱਕ ਰਹੇ ਨੇ, ਨਵਜੋਤ ਸਿੰਘ ਸਿੱਧੂ 4.5 ਸਾਲ ਕੀ ਕਰ ਰਹੇ ਸੀ, ਕਿਉਂ ਨੀ ਵਿਧਾਨ ਸਭਾ ਦੇ ਵਿੱਚ ਉਹ ਇਸ ਚੀਜ਼ ਦੇ ਮੁੱਦੇ ਦੇ ਉੱਤੇ ਸਟੈਂਡ ਲਿਆ? ਅਸੀਂ ਤੇ ਲਗਾਤਾਰ ਜਿਹੜੇ ਹੁਣ ਕਾਂਗਰਸ ਦੇ ਜਿਹੜੇ MLA ਨੇ ਉਹ ਮੁੱਦਿਆਂ ਦੀ ਗੱਲ ਕਰਦੇ ਨੇ, ਜਿਹੜੇ ਮੁੱਦਿਆਂ ਦੀ ਉਹ ਅੱਜ ਗੱਲ ਕਰਦੇ ਨੇ, ਜਿਹੜੇ ਮੁੱਦਿਆਂ ਤੇ ਉਹ ਬਗਾਵਤ ਕਰ ਰਹੇ ਨੇ, ਅਸੀਂ ਤਾਂ ਲਗਾਤਾਰ 4.5 ਸਾਲ ਤੋਂ ਆਮ ਆਦਮੀ ਪਾਰਟੀ ਦੇ MLA ਆਪਣੀ ਸਮਰੱਥਾ ਦੇ ਮੁਤਾਬਕ ਵਿਧਾਨ ਸਭਾ ਚੱਕਦੇ ਰਹੇ ਹਾਂ। ਠੀਕ ਠੀਕ ਹੈ ਨੀਲਗਰ ਸਾਹਿਬ, ਆਮ ਆਦਮੀ ਪਾਰਟੀ ਵੱਲੋਂ ਤੁਸੀਂ ਪਹਿਲੇ ਹੋ ਜਿਹੜੇ ਇੰਨਾ ਮੁਖਰ ਹੋ ਕੇ ਬੋਲੇ ਸਿੱਧੂ ਸਾਹਿਬ ਦੇ ਖਿਲਾਫ਼। ਸਤਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦਾ ਟੇਕ ਕੀ ਹੈ? ਕੁਰਸੀ ਲਈ ਲੜਾਈ ਹੁਣ ਤੁਹਾਨੂੰ ਘੱਟ ਲੱਗਦੀ ਹੈ, ਮੁੱਦਿਆਂ ਦੀ ਲੜਾਈ ਸ਼ੁਰੂ ਹੋ ਗਈ ਹੈ, ਇਹ ਮੁੱਦਿਆਂ ਦੇ ਨਾਲ ਅਕਾਲੀ ਦਲ ਸਪੋਰਟ ਕਰਦਾ ਪਿਆ ਜਾਂ ਨਹੀਂ? ਕਿਉਂਕਿ ਇਹ ਪੰਜਾਬ ਦੇ ਮੁੱਦੇ ਆ ਸਰ, ਕਾਂਗਰਸ ਦੇ ਮੁੱਦੇ ਨਹੀਂ ਹੈਗੇ। ਗਿੱਲ ਸਾਹਿਬ, KP ਜੀ, ਜਿਹੜਾ ਨਵਜੋਤ ਸਿੱਧੂ ਨੂੰ ਇੰਨੀ ਇੰਪੋਰਟੈਂਸ ਦੇ ਰਹੇ ਆ ਨਾ, ਮਾਲੀ ਜੀ ਨੇ ਵੀ ਗੱਲ ਕੀਤੀ ਉਹਦੇ ਬਾਰੇ, ਉਸ ਬੰਦੇ 'ਚ ਲੀਡਰਸ਼ਿਪ ਕੁਆਲਿਟੀ ਨਹੀਂ ਹੈਗੀ, ਉਹ ਇੱਕ ਵਨ ਮੈਨ ਸ਼ੋ ਹੀ ਹੈ। ਜੇ ਉਹਦੇ 'ਚ ਲੀਡਰਸ਼ਿਪ ਕੁਆਲਿਟੀ ਹੁੰਦੀ ਤੇ ਅੱਜ ਕਈ MLA ਉਹਦੇ ਨਾਲ ਖੜੇ ਹੁੰਦੇ, ਉਹਦੇ ਹੱਕ 'ਚ ਉਹਦੀ ਆਵਾਜ਼ ਬਣ ਕੇ ਉਹਦੇ ਨਾਲ ਖੜੇ ਹੁੰਦੇ। ਮੁੱਦਿਆਂ ਦੀ ਰਾਜਨੀਤੀ 'ਤੇ ਅਸੀਂ ਪਾਰਟੀ ਦੇ ਨੁਮਾਇੰਦੇ ਬੈਠੇ ਹਾਂ, ਅਸੀਂ ਰੋਜ਼ ਕੀ ਕਰਦੇ ਹਾਂ, ਮੁੱਦੇ ਚੁੱਕਦੇ ਹਾਂ ਅਸੀਂ। ਮੁੱਦੇ ਚੁੱਕਣੇ ਨਹੀਂ ਗੱਲ ਹੁੰਦੀ, ਪਾਰਟੀਆਂ ਨੇ ਮੁੱਦੇ ਤਾਂ ਚੁੱਕਣੇ ਹੀ ਹੁੰਦੇ ਆ, ਗੱਲ ਤਾਂ ਸਿਰਫ ਇਹ ਆ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬੋਡੀਜ਼ ਮਿਨਿਸਟਰ ਲਾਇਆ ਸੀ, ਉਹਦੇ 'ਚ ਉਹਦੀ ਦੇਖ ਲਓ ਕੀ ਅਚੀਵਮੈਂਟ ਹੈ। ਉਹਦੇ 'ਚ ਉਹਨੇ ਪੰਜਾਬ ਦੇ ਲੋਕਾਂ ਨੂੰ ਇੱਕ ਮਹਿਕਮਾ ਤੈਨੂੰ ਦਿੱਤਾ ਸੀ ਲੋਕਲ ਬੋਡੀਜ਼, ਸ਼ਹਿਰੀ ਮਹਿਕਮੇ 'ਚ ਤੈਨੂੰ ਕੀ ਰੈਵੋਲਿਊਸ਼ਨ ਲੈ ਕੇ ਆਇਆ? ਉੱਦਾਂ ਤੂੰ ਗੱਲ ਕਰਦੇ ਜੇ ਐਕਸਾਈਜ਼ ਪੋਲਿਸੀ ਲਿਆਓ, ਮਾਈਨਿੰਗ ਲਿਆਓ, ਤੂੰ ਇਹ ਦੱਸਣਾ ਵੀ ਜਦੋਂ ਤੂੰ 2.5 ਸਾਲ ਮੰਤਰੀ ਰਿਹਾ ਤੂੰ ਕਿਹੜੀ ਰੈਵੋਲਿਊਸ਼ਨਰੀ ਫੈਸਲੇ ਲਏ ਆ? ਕਿਸੇ ਤੇ ਉਂਗਲ ਚੁੱਕ ਦੇਣੀ ਸੌਖੀ ਆ। ਮੈਂ ਕੈਪਟਨ ਨੂੰ ਡਿਫੈਂਡ ਨਹੀਂ ਕਰ ਰਿਹਾ ਇੱਥੇ, ਪਰ ਮੈਂ ਗੱਲ ਇਹ ਕਰ ਰਿਹਾ ਵੀ ਨਵਜੋਤ ਸਿੱਧੂ ਨੂੰ ਇੰਪੋਰਟੈਂਸ ਨਾ ਦਿਓ, ਉਹ ਕਿਸੇ ਪਾਰਟੀ ਦਾ ਵਫਾਦਾਰ ਨਹੀਂ ਹੈ। ਚਲੋ ਆਪਾਂ ਸਰ ਨਵਜੋਤ ਸਿੱਧੂ ਨੂੰ ਇੰਪੋਰਟੈਂਸ ਨਹੀਂ ਦਿੰਦੇ। ਗਿੱਲ ਸਾਹਿਬ ਜੇ ਉਹ ਇੱਕ ਮਿੰਟ, ਮੈਂ ਇਹ ਗੱਲ ਕਹਿਣੀ ਹੈ, ਜੇ ਉਹ ਇੰਨਾ ਕਰਿਜ਼ਮੈਟਿਕ ਲੀਡਰ ਹੁੰਦਾ ਨਾ ਤੇ ਅੱਜ ਆਪਣੀ ਵੱਖਰੀ ਪਾਰਟੀ ਤਿਆਰ ਕੀਤੀ ਹੁੰਦੀ ਤੇ ਫਿਰ ਮੈਦਾਨ 'ਚ ਆਉਂਦਾ। ਚਲੋ ਠੀਕ ਹੈ ਗਿੱਲ ਸਾਹਿਬ ਠੀਕ ਹੈ ਸਰ, ਆਪਾਂ ਨਵਜੋਤ ਸਿੰਘ ਸਿੱਧੂ ਨੂੰ ਇੰਪੋਰਟੈਂਸ ਨਹੀਂ ਦਿੰਦੇ, ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੰਪੋਰਟੈਂਸ ਨਹੀਂ ਦਿੰਦੇ, ਆਪਾਂ ਪੰਜਾਬ ਨੂੰ ਇੰਪੋਰਟੈਂਸ ਦਿੰਦੇ ਹਾਂ। ਕੀ ਅਕਾਲੀ ਦਲ ਚਾਹੁੰਦਾ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਵਾਰ ਇਹ ਮੁੱਦੇ ਚੱਕਦੇ ਪਏ ਆ, ਜਾਂ ਸੁਨੀਲ ਜਾਖੜ ਨੇ ਚੱਕੇ ਆ, ਜਾਂ ਹੋਰ ਪਾਰਟੀਆਂ ਨੇ, ਆਮ ਆਦਮੀ ਪਾਰਟੀ ਨੇ ਚੱਕਿਆ ਕਿ ਜਿਹੜਾ PPA ਆ ਉਹ ਰਿਵਿਊ ਹੋਣਾ ਚਾਹੀਦਾ, ਪਾਵਰ ਪਰਚੇਜ਼ ਐਗਰੀਮੈਂਟ, ਅਕਾਲੀ ਦਲ ਇਸ ਦੇ ਹੱਕ ਵਿੱਚ ਆ ਜਾਂ ਨਹੀਂ? ਗਿੱਲ ਸਾਹਿਬ ਆ ਜੀ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਸਾਡੇ ਪਾਰਟੀ ਪ੍ਰੈਜ਼ੀਡੈਂਟ ਨੇ ਵੀ ਕਿਹਾ, ਸੁਖਬੀਰ ਸਿੰਘ ਬਾਦਲ ਨੇ, ਜੇ ਮਹਾਰਾਜ ਦੀ ਕਿਰਪਾ ਨਾਲ ਸ਼੍ਰੋਮਣੀ ਅਕਾਲੀ ਦਲ BSP ਦੀ ਸਰਕਾਰ ਆ ਜਾਂਦੀ ਹੈ, 5 ਰੁਪਏ ਯੂਨਿਟ ਤੇ ਤੁਹਾਨੂੰ ਰੇਟ ਲਿਆ ਕੇ ਦਿਖਾਵਾਂਗੇ। ਜਿਹੜੀ ਤੁਹਾਡੀ ਸਰਕਾਰ ਨੇ, ਅਕਾਲੀ ਦਲ BJP ਦੀ ਸਰਕਾਰ ਨੇ ਉਹ ਕੀਤੇ ਸੀ ਐਗਰੀਮੈਂਟ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਰਿਵਿਊ ਕਰਨ ਦੇ ਹੱਕ ਵਿੱਚ ਅਕਾਲੀ ਦਲ ਜਾਂ ਨਹੀਂ? ਬਿਲਕੁਲ, ਉਸ ਐਗਰੀਮੈਂਟ ਦੇ ਤਹਿਤ ਹੀ ਤੇ ਸਾਰੇ ਕੁਝ ਤੈਅ ਹੋਣਗੇ। ਇਹ ਕੈਪਟਨ ਗਵਰਨਮੈਂਟ ਇਹ ਕਹਿ ਰਹੀ ਜੀ ਰੇਟ ਵਧਣੇ ਹੀ ਵਧਣੇ ਮਜਬੂਰੀ ਆ ਕੋਈ ਪਾਰਟੀ ਦੀ? ਦੇ ਚੁੱਕੇ ਜੀ, ਬਾਦਲ ਸਾਹਿਬ ਨੇ ਬੜੀ ਵਾਰੀ ਕਹਿ ਦਿੱਤਾ, ਮੈਂ ਰਿਪੀਟ ਕਰ ਰਿਹਾ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਉਂਦਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਕੁਰਸੀ ਦੀ ਗੱਲ ਹੋ ਰਹੀ ਹੈ, ਕਿਹੜੀ ਡੈਡਲਾਈਨ ਤੇ ਖੜੇ ਆ ਕੈਪਟਨ, ਸਵਾਲ ਇਹੀ ਹੈ। ਵਾਪਸ ਆ ਰਹੇ, ਸਾਡਾ ਸਵਾਲ ਇੱਕੋ ਪੁੱਛ ਰਹੇ, ਸੂਬਾ ਕਾਂਗਰਸ ਅਖਿਲੇਸ਼ ਮਕਾਉਣ ਲਈ ਹਾਈਕਮਾਂਡ ਦੇ ਫਾਰਮੂਲੇ 'ਚ ਪੰਜਾਬ ਕਿੱਥੇ ਆ? ਮਾਲੀ ਸਾਹਿਬ, ਜਿਹੜਾ ਸਵਾਲ ਤੁਸੀਂ ਪਹਿਲੇ ਸੈਗਮੈਂਟ ਵਿੱਚ ਚੁੱਕਿਆ ਸੀਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਉਹ ਮੁੱਦਿਆਂ ਦੀ ਸਿਆਸਤ ਤੋਂ ਪਾਸੇ ਹੋ ਰਹੀਆਂ, ਮੈਂ ਅਕਾਲੀ ਦਲ ਦੇ ਬੁਲਾਰੇ ਨੂੰ ਸਵਾਲ ਕਰ ਰਿਹਾ PPA ਦੇ ਰਿਵਿਊ ਵਾਲਾ, ਉਹ ਕਹਿੰਦੇ ਉਹਨਾਂ ਦੇ ਰੇਟ ਦਾ ਹੀ ਮਸਲਾ ਹੈ ਨਾ, ਉਹ ਰੇਟ ਬਾਰੇ ਅਸੀਂ ਕਹਿ ਚੁੱਕੇ ਹਾਂ 5 ਰੁਪਏ ਯੂਨਿਟ ਦੇਵਾਂਗੇ ਸਾਡੀ ਸਰਕਾਰ ਵਾਲਿਆਂ ਤੋਂ। ਸਰ, ਸਾਰੇ ਸਰਕਾਰਾਂ ਬਣਾਉਣਾ ਚਾਹੁੰਦੇ ਆ, ਪਰ ਅੱਜ ਦੀ ਤਰੀਕ 'ਤੇ ਪੰਜਾਬ ਦੇ ਮਸਲਿਆਂ ਦਾ ਹੱਲ ਕੋਈ ਨਹੀਂ ਚਾਹ ਰਿਹਾ, ਮੈਨੂੰ ਇਉਂ ਲੱਗਦਾ ਪਿਆ। ਮਾਲੀ ਸਾਹਿਬ, ਤੁਹਾਨੂੰ ਕੁਝ ਹੋਰ ਲੱਗਦਾ ਦੱਸ ਦਿਓ। ਬਿਲਕੁਲ, ਤੁਹਾਡੀ ਗੱਲ ਠੀਕ ਆ। ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਕਹਿੰਦਾ ਲੀਕਰ ਕਾਰਪੋਰੇਸ਼ਨ ਬਣਾਓ, ਇਹਦੇ ਬਾਰੇ ਅਕਾਲੀ ਦਲ ਵਾਲੇ ਬੋਲਣ, ਉਹ ਕਹਿੰਦੇ ਲੈਂਡ ਮਾਫੀਆ ਬਾਰੇ ਨੀਤੀ ਬਣਾਓ, ਅਕਾਲੀ ਦਲ ਬੋਲੇ, ਉਹ ਕਹਿੰਦਾ ਸੈਂਡ ਮਾਫੀਆ ਬਾਰੇ ਨੀਤੀ ਬਣਾਓ, ਅਕਾਲੀ ਦਲ ਬੋਲੇ, ਇਹ ਨੀਤੀ ਦੇ ਕੋਈ ਨੀ ਬੋਲਦੇ ਜੀ, ਕਹਿੰਦੇ ਨੀਤੀ ਤਾਂ ਉਹੀ ਚੱਲੂ। ਮੈਨੂੰ KP ਜੀ ਇੱਕ ਗੱਲ ਦੱਸੋ, ਹੁਣ ਇਹ ਮਿਹਣੇ ਮਾਰਦੇ ਨੇ ਨਾ, ਜੇ ਉਹ ਐ ਹੁੰਦਾ ਐ ਕਰ ਲੈਂਦਾ ਐ ਕਰਨ ਦਾ, ਅਕਾਲੀ ਦਲ ਸੁਖਬੀਰ ਬਾਦਲ ਲੀਡਰਸ਼ਿਪ ਕਿੰਨਾ ਖੰਡ ਗਿਆ, ਕੀ ਹੋ ਗਿਆ, ਕਿੱਥੇ ਖੜਾ ਅਕਾਲੀ ਦਲ? ਇਹਨਾਂ ਨੇ ਅਕਾਲੀ ਦਲ ਨੂੰ ਇੱਕ ਰੱਖ ਲਿਆ, ਤੇ ਦੂਜੇ ਨੂੰ ਮਿਹਣੇ ਮਾਰਨੀ ਹੋਰ ਗੱਲ ਆ, ਆਪਦੇ ਬਾਰੇ ਵੀ ਸੋਚੇ ਨਾ ਤੁਸੀਂ। ਮੈਂ ਤਾਂ ਤੁਹਾਨੂੰ ਸਿੱਧਾ ਕਿਹਾ, ਇਹ ਕਾਂਗਰਸ ਦੀ ਅੰਦਰੂਨੀ ਲੜਾਈ ਨਹੀਂ ਹੈ,
ਇਹ ਲੜਾਈ ਪੰਜਾਬ ਦੀ ਆ, ਪੰਜਾਬ ਦੇ ਮੁੱਦਿਆਂ ਦੀ ਆ। ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਆ, ਕੋਈ ਵੀ ਸਰਕਾਰ ਆ ਜੇ ਜਦੋਂ ਤੱਕ ਇਹਨਾਂ ਮੁੱਦਿਆਂ ਬਾਰੇ ਆਹ ਨੀਤੀ ਨਹੀਂ ਅਪਣਾਉਂਦੀ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਜਾਂ ਤਾਂ ਕਹਿਣ ਉਹਦੀ ਗੱਲ ਗਲਤ ਆ ਜੀ, ਜੋ ਨੀਤੀਆਂ ਚੱਲ ਰਹੀਆਂ ਨੇ, ਜੋ ਬਾਦਲ ਦੀਆਂ ਨੀਤੀਆਂ ਚੱਲੀਆਂ ਉਹਨਾਂ ਨੂੰ ਅਮਰਿੰਦਰ ਚਲਾ ਰਿਹਾ, ਇਹ ਹੁੰਦੇ ਹੋਏ ਵੀ ਸਭ ਕੁਝ ਠੀਕ ਹੋ ਸਕਦਾ। ਠੀਕ 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 ਕਾਨੂੰਨ ਰੱਦ ਕਰਨ ਜਾਂ ਪ੍ਰਵਾਨ ਕਰਨ। ਚਲੋ ਠੀਕ ਠੀਕ ਨੀਲਗਰ ਸਾਹਿਬ ਬੋਲੋ, ਤੁਸੀਂ ਬੋਲੋ ਬੋਲੋ। मैं कहना चाहना भी जेडे मुद्दे ने वाकई ये पंजाब दे नाल संबंधित मुद्दे है, क्योंकि पंजाब दे खजाने दे लीक हो रही है। असी आम आदमी पार्टी ने तीन बार विधानसभा दे विच लिकर कारपोरेशन वास्ते प्राइवेट मैंबर बिल लैके आए, पर इन्हां दी उत्थे इन्नी थंपिंग मेजोरिटी होने करके, और क्योंकि जेडे स्पीकर साहब ने वह भी सरकार के मुताबिक ही चलते हैं, उन्होंने इस साडे मुद्दे नूं एक बार भी अक्सैप्ट नहीं किया, डिस्कशन वास्ते भी अक्सैप्ट नहीं किया, क्योंकि असी समझते हाँ कि जे तमिलनाडु च 35,000 करोड़ आ सकता है तो साडे सूबे दे विच सिर्फ 5,000 या 6,000 करोड़ क्यों? इन्नी वड्डी लीकेज इस तरह की हो रही है। और इसे तरह जिहड़ा हैगा जिहड़ा हैगा माइनिंग की जिहड़ी पॉलिसी हैगी, जदों तक माइनिंग की पॉलिसी नहीं बनती उदों तक माफिया राज करता रहेगा। जिहड़ा कस्टमर है उन्हूं भी महंगी मिल रही है, खजाने 30-40 करोड़ रुपया आउंदा हैगा, जबकि कारपोरेशन जेकर उहदी बन जाती है पॉलिसी नवीं बन जाती है 3,000 करोड़ तो लैके 4,000 करोड़ रुपया यानी कि सालाना उत्थे आ सकता हैगा। सो लेकिन जिहड़ी रली मिली सरकार है, जिहड़ी सिस्टम की सरकार है, मैं बार बार कह रहा यह सिस्टम की सरकार है। अज जे जे अज कैप्टन नूं खमियाजा भुगतना पै रहा है तो सिस्टम नाल यारी दा खमियाजा भुगतना पै रहा, वह कोई स्टैंड नहीं लै पा रहे। और इस दे मां उन्होंने मतलब गुटका साहब नूं भी पिट्ठ दिखाती, हुण हालांकि उन्होंने सहु चुकी से एक पंजाबी गुटका साहब की सहु चुके मुकरे, इस तो माड़ी काम होर कोई नहीं हो सकता। ना उन्होंने कोई ट्रांसपोर्ट माफिया रोकया, ना कोई दूजा माफिया रोकया, ना उन्होंने पीपीए रिव्यू किए, ना घर घर नौकरी दी, ना उन्होंने नशा तस्करी रोकी, और ना ही उन्होंने बेअदबी के दोषियों को कोई सजा दी हाले तक। ठीक नीलगर साहब, तुहानू इउं तां नहीं लगता कि तुहाडे मुद्दे सिद्धू साहब ने हाईजैक कर ले, ये मुद्दे तुसीं चकदे रहे हो सारे? नहीं, असी ते साडा तां बिल्कुल क्लीयर स्टैंड है जी, तुसीं इह मुद्दे चुको असीं तुहाडी भी हमायत करांगे जी। ये मुद्दे जिहड़े है कोई पेटेंट थोड़ा है आम आदमी पार्टी का। हाँ, आम आदमी पार्टी ने मुद्दे उठाए, जो भी बंदा इस इन्हां मुद्दियां नूं चुकदा हैगा चंगी गल है, पंजाब दे भले दी गल कर रहे हो। ठीक ठीक सिंदर सिंह गिल, जिहड़ा लीकर कारपोरेशन की गल की जा रही है, सैंड माफिया लैंड माफिया की गल की जा रही है, ट्रांसपोर्ट माफिया की गल की जा रही है, अकाली दल इन दे नवजोत सिद्धू दे वल्लों जिहड़े मुद्दे चुके गए उन्होंने हक में है या नहीं? गिल साहब, मैनू के पी जी ये नहीं समझ आती, माली जी ने भी हुणे कहा भी अकाली दल उन्हूं इनकार करे, जिहड़ा सिद्धू गल्लां कीतियां ना वो एक गल्लां करनियां ते जदों सरकार च आके तुसीं सरकारां सांभदे हो ते उदों फैसले लैणे, के पी जी जमीन आसमान का फर्क हुंदा। माली जी ने कहा सी भी अकाली दल ने कीता की, जां तुसीं पावर कारपोरेशन की मेरे नाल गल कीती, जिहड़े भी स्टैप तुसीं चुकणे आ जदों तुहानूं राज सत्ता मिलदी आ उदों ही फैसले किए जाते हैं। माइनिंग की गल कर लो, अज तक 4.5 साल हो गए माइनिंग की कोई ऑक्शन नहीं हुई, बिना ऑक्शन तो ही चल रहा, एंड साढ़े वेले 10 रुपए फुट रेते का रेट से, एंड उदों जिहड़ी माइनिंग की कलैक्शन होंदी रही है टोटल 5-10 साल असी रहे हैं, प्रोपर ऑक्शन होंदी सी ते रेवन्यू आउंदा सी। लिकर की गल की है, लिकर की पॉलिसी तुसीं कोई भी अडोप्ट हो सकती है, अज नवजोत सिद्धू कहिंदा भी ओह वाली अडोप्ट करो, ये गवर्नमेंट ने देखना किहड़ी अडोप्ट करो, ये कित्थे गरंटीड है भी उन्ने जिहड़ी उह चीज़ कही जी उन्ना ही रेवन्यू आऊगा। ना माली साहब मुद्दा मेरे लिए, ना नवजोत सिंह सिद्धू मुद्दा सर मेरे लिए, पंजाब मुद्दा गिल साहब, पहला सवाल सुन लो सर, सवाल सुन लो गिल साहब, सवाल सुन लो गेल साहब, सवाल सुन लो, मैं सुन लिया गेल साहब, सवाल सवाल तो सुन लो ना, सवाल सुनने का मतलब रखो ना, फिर बोलो जी, तुम भी बोलो। हाँ गेल साहब, मैं सवाल कर रहा सीगा, तुम लगता है कि पीपी वाले मुद्दे तुसी नहीं बोले सर, तुसी ये क्या कि असी कह चुके 5 रुपए यूनिट ही देवांगे। मैं अगला सवाल करदा सर, पंजाब विच माफिया राज हैगा, जे माफिया राज है तो किहड़े-किहड़े विच माफिया राज हैगा सर, मैनूं दस दो किहड़े-किहड़े, खड्डा च माफिया राज है, ट्रांसपोर्ट च माफिया राज है, ਕਾਹ ਚ ਮਾਫੀਆ ਰਾਜ ਹੈ? ਗਿੱਲ ਸਾਹਿਬ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਸਰ, ਗਿੱਲ ਸਾਹਿਬ ਇਹ ਨਾ ਸਾਡੇ ਤੇ ਇਲਜ਼ਾਮ ਲੱਗੇ ਸੀ, ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਨਾ, ਜਿਸ ਪਾਸੇ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੋ, ਕੇਪੀ ਜੀ ਅਸੀਂ ਵੀ ਰੋਜ਼ ਡਿਬੇਟਾਂ 'ਤੇ ਹੀ ਰਹਿੰਦੇ ਹਾਂ, ਜਿਹੜਾ ਤੁਸੀਂ ਮਾਫੀਆ ਰਾਜ ਦੀ ਗੱਲ ਕਰਦੇ ਹੋ ਨਾ, ਇਹ ਕਾਂਗਰਸ ਦੇ ਨੁਮਾਇੰਦੇ ਬੈਠੇ ਨੇ ਅਤੇ ਆਮ ਆਦਮੀ ਦੇ ਵੀ ਨੁਮਾਇੰਦੇ ਬੈਠੇ ਨੇ ਜਿਨ੍ਹਾਂ ਨੇ ਪੋਸਟਰ ਲਾਏ ਸੀ
ਡਰੱਗ ਮਾਫੀਆ ਫਲਾਨਾ ਮਾਫੀਆ ਇਹ ਮੈਨੂੰ ਤੁਸੀਂ ਕਿਉਂ ਪੁੱਛਦੇ ਹੋ ਸਵਾਲ ਜਿਹੜੇ ਸਰਕਾਰ 'ਚ ਬੈਠੇ ਉਹਨਾਂ ਨੂੰ ਪੁੱਛੋ ਸਰ ਮੈਂ ਤੁਹਾਡੇ ਤੋਂ ਸਵਾਲ ਇਸ ਕਰਕੇ ਪੁੱਛ ਰਿਹਾ ਤੁਸੀਂ ਤੁਸੀਂ ਵਿਰੋਧੀ ਧਿਰ ਹੋ ਸਰ ਸਰਕਾਰ ਇਹ ਸਰਕਾਰ ਇੱਕ ਮਿੰਟ ਗਿੱਲ ਸਾਹਿਬ ਇਹ ਸਰਕਾਰ ਫੇਲ ਕਹਿੰਦੇ ਹੋ ਨਾ ਤੁਸੀਂ ਗਿੱਲ ਸਾਹਿਬ ਕਿਹੜਾ ਮਾਫੀਆ ਇਹਨਾਂ ਨੇ ਸ਼ੋਅ ਕਰਤਾ ਅਕਾਲੀ ਦਲ ਦਾ ਗਿੱਲ ਸਾਹਿਬ ਮੈਂ ਸਵਾਲ ਇਹ ਕੀਤਾ ਨਹੀਂ ਜਿਹੜਾ ਸਵਾਲ ਤੁਸੀਂ ਜਵਾਬ ਦੇ ਰਹੇ ਹੋ ਮੈਂ ਸਵਾਲ ਕਰ ਰਿਹਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਫੇਲ ਕਹਿੰਦੇ ਹੋ ਕਿ ਨਹੀਂ ਕਹਿੰਦੇ ਮੈਨੂੰ ਦੱਸੋ ਗਿੱਲ ਸਾਹਿਬ ਫੇਲ ਕਹਿੰਦੇ ਹੋ ਨਾ ਫੇਲ ਕਹਿੰਦੇ ਹੋ ਇਹ ਸਰਕਾਰ ਗਿੱਲ ਸਾਹਿਬ ਆਪਾਂ ਪੁਆਇੰਟ ਟੂ ਪੁਆਇੰਟ ਚੱਲੀਏ ਗਿੱਲ ਸਾਹਿਬ ਆਪਾਂ ਪੁਆਇੰਟ ਟੂ ਪੁਆਇੰਟ ਚੱਲੀਏ ਪਲੀਜ਼ ਗਿੱਲ ਸਾਹਿਬ ਸਰਕਾਰ ਨੂੰ ਫੇਲ ਕਹਿੰਦੇ ਹੋ ਤੁਸੀਂ ਇਸ ਸਰਕਾਰ 'ਚ ਮਾਫੀਆ ਰਾਜ ਹੈ ਗਿੱਲ ਸਾਹਿਬ ਟੋਟਲ ਫੇਲੀਅਰ ਹੈ ਇਸ ਸਰਕਾਰ 'ਚ ਮਾਫੀਆ ਰਾਜ ਹੈ ਫੈਕਟਰੀਆਂ ਜਾਲੀ ਫੜੀ ਗਈਆਂ ਕੋਰੋਨਾ ਦੇ ਸਮੇਂ 'ਚ ਲੋਕਾਂ ਦਾ ਜਾਨ ਬਚਾਉਣ ਵੱਲ ਧਿਆਨ ਸੀ ਇਹ ਗੌਰਮੈਂਟ ਜਾਲੀ ਲਿਕਰ ਬਣਾ ਕੇ ਤੇ ਲੋਕਾਂ ਨੂੰ ਵੇਚ ਰਹੀ ਸੀ ਉਹ ਮਾਫੀ ਇੱਥੇ ਆ ਡਰੱਗਸ ਦੇ ਵਿੱਚ ਲੈ ਲਓ ਡਰੱਗਸ ਦੇ ਵਿੱਚ ਤੇ ਗੈਂਗਸਟਰਸ ਦਾ ਇਹਨਾਂ ਨੇ ਬੜਾ ਇੱਕ ਸਾਡੇ ਵੇਲੇ ਲਾਇਆ ਸੀ ਟੈਗ ਗੈਂਗਸਟਰ ਜੀਓ ਰੋਜ਼ ਹਰ ਹਫ਼ਤੇ ਪੰਜਾਬ 'ਚ ਸ਼ੂਟ ਆਊਟ ਹੋ ਰਹੇ ਆ ਠੀਕ ਨੌਜਵਾਨ ਮਰ ਰਹੇ ਆ ਤੇ ਡਰੱਗਸ ਦੀ ਟ੍ਰੈਫਿਕਿੰਗ ਅੰਮ੍ਰਿਤਸਰੋਂ 2700 ਕਰੋੜ ਦੀ ਡਰੱਗ ਫੜੀ ਗਈ ਸੀ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਵੀ ਉਹਦੇ ਪਿੱਛੇ ਕੌਣ ਹੈ ਇੱਕ ਬੰਦਾ ਅਰੈਸਟ ਕੀਤਾ ਸੀ ਤੇ ਜੇਲ੍ਹ ਦੇ ਵਿੱਚ ਉਹਦੀ ਮੌਤ ਹੋ ਗਈ ਅੱਜ ਤੱਕ ਨਹੀਂ ਪਤਾ ਲੱਗਾ ਠੀਕ ਹੈ ਇੰਸਪੈਕਟਰ ਇੰਦਰਜੀਤ ਡਰੱਗਸ ਦੇ ਵਿੱਚ ਅਰੈਸਟ ਕੀਤਾ ਗਿਆ AK-47 ਉਹਦੇ ਕੋਲ ਫੜੀ ਗਈ ਅੱਜ ਤੱਕ ਨਹੀਂ ਲੱਗਾ ਪਤਾ ਵੀ ਉਹ ਕਿੱਥੇ ਗਈ ਠੀਕ ਠੀਕ ਹੈ ਕੇਪੀ ਸਾਡੇ ਤੇ ਇਲਜ਼ਾਮ ਲਾ ਦੇਣੇ ਬੜੇ ਸੌਖੇ ਸੀ ਇਸ ਤੋਂ ਇਲਾਵਾ ਕੋਈ ਹੋਰ ਮਾਫੀਆ ਤਾਂ ਨਹੀਂ ਹੈਗਾ ਗਿੱਲ ਸਾਹਿਬ ਇਸ ਤੋਂ ਇਲਾਵਾ ਕੋਈ ਹੋਰ ਮਾਫੀਆ ਤਾਂ ਨਹੀਂ ਹੈਗਾ ਅਕਾਲੀ ਦਲ ਦੀ ਨਜ਼ਰ ਵਿੱਚ ਜਿਹੜਾ ਲੋਕਾਂ ਦੀ ਭਲਾਈ ਵੱਲ ਜਿਹੜੀ ਸਰਕਾਰ ਨਹੀਂ ਜਾਊਗੀ ਉਹ ਜੇ ਫੇਲੀਅਰ ਹੋਊਗੀ ਉਹ ਮਾਫੀਆ ਹਰ ਟਾਈਪ ਦਾ ਚਲੋ ਠੀਕ ਹੈ ਨੀਲ ਗਰਗ ਸਾਹਿਬ ਇਹਨਾਂ ਨੇ ਸੈਂਡ ਦੀ ਗੱਲ ਕੀਤੀ ਹੈ ਲਿਕਰ ਦੀ ਗੱਲ ਕੀਤੀ ਹੈ ਡਰੱਗ ਦੀ ਗੱਲ ਕੀਤੀ ਹੈ ਗੈਂਗਸਟਰ ਦੀ ਗੱਲ ਕੀਤੀ ਹੈ ਮੈਂ ਸਰ ਨੋਟ ਕੀਤੀਆਂ ਇਹ ਚੀਜ਼ਾਂ ਕਾਂਗਰਸ ਸਰਕਾਰ ਦੇ ਵਿਚਾਲੇ ਆਵਾਜ਼ ਉੱਠ ਰਹੀ ਹੈ ਟਰਾਂਸਪੋਰਟ ਮਾਫੀਆ ਵੀ ਹੈਗਾ ਹੋਰ ਮਾਫੀਆ ਵੀ ਹੈਗੇ ਤੁਸੀਂ ਵੀ ਲੋਕ ਆਵਾਜ਼ ਚੁੱਕਦੇ ਹੋ ਕੀ ਕਾਂਗਰਸ ਦੇ ਰਾਜ ਵਿੱਚ ਟਰਾਂਸਪੋਰਟ ਮਾਫੀਆ ਹੈ ਨੀਲ ਗਰਗ ਮੈਂ ਕਹਿੰਦਾ ਜੀ ਪਹਿਲਾਂ ਨਾਲੋਂ ਵੀ ਵਧੀਆ ਫੁੱਲਿਆ ਹੈਗਾ ਜਿਹੜਾ ਮਾਫੀਆ ਸੀ ਮਾਫੀਆ ਸ਼ਬਦ ਜਿਹੜਾ ਪੰਜਾਬ ਦੇ ਵਿੱਚ ਪਿਛਲੇ 10-15 ਸਾਲਾਂ ਦੇ ਵਿੱਚ ਹੀ ਆਇਆ ਹੈਗਾ ਔਰ ਇਹ ਜਿਹੜਾ ਮਾਫੀਆ ਹੈ ਪੰਜਾਬ ਨੂੰ ਘੁੰਨ ਵਾਂਗ ਖਾ ਗਿਆ ਜੇ ਅੱਜ ਪੰਜਾਬ ਦੇ ਉੱਤੇ ਕਰਜ਼ਾ ਵੱਧ ਰਿਹਾ ਉਹ ਮਾਫੀਆ ਕਰਕੇ ਵੱਧ ਰਿਹਾ ਟਰਾਂਸਪੋਰਟ ਮਾਫੀ ਦੀ ਜੇ ਗੱਲ ਕਰੀਏ ਜਿਹੜਾ ਪਬਲਿਕ ਸੈਕਟਰ ਦਾ ਟਰਾਂਸਪੋਰਟੇਸ਼ਨ ਸਿਸਟਮ ਸੀ ਉਹਦੇ ਬਿਲਕੁਲ ਭੱਠਾ ਬੈਠ ਗਿਆ ਔਰ ਦੂਸਰੇ ਬੰਨੇ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਨਹੀਂ ਸੀ 2017 ਤੋਂ ਪਹਿਲਾਂ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਵੀ ਔਰ ਕੈਪਟਨ ਸਾਹਿਬ ਵੀ ਸੰਘ ਪਾੜ ਪਾੜ ਕੇ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਪਤਾ ਕਿੰਨੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਸੀ ਆਉਂਦੇ ਹੀ ਇਹਨਾਂ ਦੇ ਯਾਨੀ ਕਿ ਪਰਮਿਟ ਕੈਂਸਲ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਵਾਂਗੇ ਅੱਜ ਦੱਸਣ ਕਿੰਨੇ ਬੇਰੁਜ਼ਗਾਰਾਂ ਨੂੰ ਇਹਨਾਂ ਨੇ ਪਰਮਿਟ ਦੇਤੇ ਤੇ ਕਿੰਨੇ ਜਿਹੜੇ ਹੈਗੇ ਆ ਉਹ ਪਰਮਿਟ ਕੈਂਸਲ ਕਰਤੇ ਉਹ ਜਿਹੜੀਆਂ ਨਜਾਇਜ਼ ਬੱਸਾਂ ਚੱਲ ਰਹੀਆਂ ਸੀ ਠੀਕ ਹੈ ਬਲੀਵਾਲ ਜੀ ਇੱਕ ਮਿੰਟ ਗਿੱਲ ਸਾਹਿਬ ਆ ਰਹੇ ਆ ਬਲੀਵਾਲ ਜੀ ਬਲੀਵਾਲ ਜੀ ਰਾਵਤ ਸਾਹਿਬ ਨੇ ਟਰਾਂਸਪੋਰਟ ਮਾਫੀਆ ਦਾ ਵੀ ਜ਼ਿਕਰ ਕੀਤਾ ਟਰਾਂਸਪੋਰਟ ਮਾਫੀਆ ਹੈ ਪੰਜਾਬ 'ਚ ਬਲੀਵਾਲ ਸਾਹਿਬ ਦੇਖੋ ਗੱਲ ਇਹ ਆ ਕਿ ਮੈਂ ਜੋ ਰਾਵਤ ਸਾਹਿਬ ਨੇ ਗੱਲ ਕੀਤੀ ਉਹਨੂੰ ਇੰਟਰੋਡਿਊਸ ਕਰੂੰਗਾ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਨੇ ਇੰਚਾਰਜ ਨੇ ਪੰਜਾਬ ਦੇ ਸੋ ਜਿਹੜੀਆਂ ਗੱਲਾਂ ਰਾਵਤ ਸਾਹਿਬ ਨੇ ਕਹੀਆਂ ਉਹ ਠੀਕ ਨੇ ਕਿ ਉਸ ਦੇ ਉੱਪਰ ਕੰਮ ਵੀ ਸ਼ੁਰੂ ਹੋ ਚੁੱਕਿਆ ਮੈਂ ਇੱਕ ਗੱਲ ਕਹਿ ਰਿਹਾ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮੁੱਦੇ ਹਾਈਕਮਾਂਡ ਨੇ ਸੀਐਮ ਸਾਹਿਬ ਦੇ ਅੱਗੇ ਰੱਖੇ ਆ ਕਿੰਨੇ ਵਿਚਾਰਯੋਗ ਹੈਗੇ ਕੰਮ ਦੇ ਵਿੱਚ ਐਕਟੀਵਿਟੀ ਲੈ ਕੇ ਆਉਣੇ ਆ ਉਹ ਆਉਣ ਵਾਲੇ ਦਿਨਾਂ 'ਚ ਦੇਖੂਗਾ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਬਹੁਤ ਸਾਰੇ ਕਿਹੜੀ ਡੈਡਲਾਈਨ ਤੇ ਖੜੇ ਆ ਕੈਪਟਨ ਸਵਾਲ ਇਹੀ ਹੈ ਵਾਪਸ ਆ ਰਿਹਾ ਵੱਡਾ ਸਵਾਲ ਇਹ ਪੁੱਛ ਰਹੇ ਹਾਂ ਸੂਬਾ ਕਾਂਗਰਸ ਅਕਲੇਸ਼ ਮਕੌਲੀ ਹਾਈਕਮਾਨ ਦੇ ਫਾਰਮੂਲੇ 'ਚ ਪੰਜਾਬ ਕਿੱਥੇ ਬਲੀਵਾਲ ਸਾਹਿਬ ਮੈਂ ਇੱਕ ਸਵਾਲ ਤੁਹਾਨੂੰ ਕਰ ਰਿਹਾ ਸੀ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਸੀਗੀ ਬਲੀਵਾਲ ਜੀ ਮੈਂ ਸਵਾਲ ਕੀਤਾ ਸੀਗਾ ਰਾਵਤ ਸਾਹਿਬ ਦਾ ਜਿਹੜਾ ਟਰਾਂਸਪੋਰਟ 'ਤੇ ਬਿਆਨ ਹੈਗਾ ਟਰਾਂਸਪੋਰਟ ਮਾਫੀ 'ਤੇ ਉਹਨੂੰ ਤੁਸੀਂ ਇੰਡੋਰਸ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ 3000 ਪਰਮਿਟ 8000 ਬੱਸਾਂ ਚੱਲਦੀਆਂ ਪਈਆਂ ਇਹਨੂੰ ਇੰਡੋਰਸ ਕਰਦੇ ਹੋ ਜਾਂ ਨਹੀਂ ਬਲੀਵਾਲ ਸਾਹਿਬ ਮੇਰੀ ਇੱਕ ਬੇਨਤੀ ਹੈ ਤੁਸੀਂ ਲੀਡਰ ਦੀ ਗੱਲ ਕਹੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਜੀ ਨੇ ਤੇ ਜਾਖੜ ਸਾਹਿਬ ਨੇ ਅੱਛਾ ਤੇ ਜਿਹੜੇ ਸਿੱਧੂ ਸਾਹਿਬ ਨੇ ਉਹ ਸਾਡੇ ਜਿਵੇਂ 80 MLA ਨੇ ਉਹਨਾਂ ਵਿੱਚੋਂ ਇੱਕ ਨੇ
ਸੋ ਉਹਨਾਂ ਦੀਆਂ ਗੱਲਾਂ ਜੋ ਕਹਿ ਰਹੇ ਨੇ ਠੀਕ ਨੇ, ਮੰਨਦੇ ਆ ਗੱਲ, ਕੁਝ ਬੰਨਣ ਵਾਲੀਆਂ ਵੀ ਹੁੰਦੀਆਂ, ਕੁਝ ਨਹੀਂ ਵੀ ਬੰਨਣ ਵਾਲੀਆਂ ਹੁੰਦੀਆਂ। ਹਾਈਕਮਾਂਡ ਨੇ ਫੈਸਲਾ ਕਰਨਾ, ਕੇਸ ਹੀ ਉਹਨਾਂ ਕੋਲ ਚਲਿਆ ਗਿਆ। ਸਾਨੂੰ ਤਾਂ ਇੱਕ ਗੱਲ ਆਖੀ ਹੋਈ ਆ ਹਾਈਕਮਾਂਡ ਨੇ, ਜਦੋਂ ਮਸਲਾ ਉਹਨਾਂ ਕੋਲ, ਹਾਈਕਮਾਂਡ ਵੀ ਬਾਤ ਬਾਰੇ ਗੱਲ ਕਰ ਰਹੀ ਹੈ, ਕਿਸੇ ਨੂੰ ਦਿੱਕਤ ਪਰੇਸ਼ਾਨੀ ਕੋਈ ਗਿਲਾ ਸ਼ਿਕਵਾ ਹੈਗਾ, ਸਾਡੇ ਕੋਲ ਆਓ, ਅਸੀਂ ਗੱਲ ਕਰਨ ਨੂੰ ਤਿਆਰ ਬੈਠੇ ਹਾਂ। ਇੱਕ ਦੂਜੇ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਸੀਨੀਅਰ ਲੀਡਰਸ਼ਿਪ ਹੈ, ਰੋਜ਼ ਆ ਜਾਓ ਟੀਵੀ ਦੇ ਉੱਪਰ, ਆ ਕੇ ਫਿਰ ਮੇਰੇ ਅਰਕੇ ਨੂੰ ਬੜੀ ਦਿੱਕਤ ਹੋ ਜਾਂਦੀ ਹੈ, ਹੁਣ ਮੈਂ ਕਿਹਦਾ ਹੱਕ ਦੇ ਵਿੱਚ ਬੋਲਾਂ, ਕਿਹਦੇ ਅਗੇਂਸਟ ਬੋਲਾਂ। ਮੈਂ ਤਾਂ ਸ਼ੁਰੂ ਚ ਗੱਲ ਕਹੀ ਸੀ ਬਲੀਵਾਲ ਜੀ, ਮੈਂ ਸ਼ੁਰੂ ਚ ਇਹ ਗੱਲ ਕਹੀ ਸੀ, ਮੈਂ ਤੁਹਾਡੇ ਨਾਲ ਖੜਾ, ਮੈਂ ਸ਼ੁਰੂ ਚ ਗੱਲ ਕਹੀ ਸੀ, ਮੈਂ ਤੁਹਾਨੂੰ ਇਹ ਕਹਿ ਰਿਹਾ, ਮੈਂ ਤੁਹਾਡੀ ਉਹ ਗੱਲ ਨੂੰ ਐਂਡੋਰਸ ਕਰਦਾ ਕਿ ਕਿਹਦੇ ਨਾਲ ਖੜੀਏ, ਇਸੇ ਕਰਕੇ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਹਾਂ, ਕਾਂਗਰਸ ਲੀਡਰਸ਼ਿਪ ਨਾਲ ਖੜੇ ਹਾਂ। ਠੀਕ, ਕੱਲ ਨੂੰ ਕੋਈ ਵੀ ਆ ਕੇ ਜੋ ਮਰਜ਼ੀ ਬੋਲਣ ਲੱਗੇ ਉਹਦਾ ਕੀ ਜਵਾਬ ਦੇਵਾਂਗੇ? ਠੀਕ, ਅੰਕਿਤ ਬਾਂਸਲ ਤੁਹਾਡੀ ਪਾਰਟੀ ਦੇ ਹੀ ਆ ਜੀ ਬਲੀਵਾਲ ਜੀ? ਉਹ ਸੀ ਉਹ ਸੀਐਮ ਸਾਹਿਬ ਦੇ ਓਐਸਡੀ ਨੇ ਜੀ। ਤੇ ਉਹਨਾਂ ਨੂੰ ਕੀ ਲੋੜ ਪੈ ਗਈ ਸੋਸ਼ਲ ਮੀਡੀਆ ਤੇ ਟਿੱਪਣੀ ਕਰਨ ਦੀ? ਉਹ ਹੁਣ ਉਹ ਇਸ ਚੀਜ਼ ਦਾ ਜਵਾਬ ਅੰਕਿਤ ਬਾਂਸਲ ਹੁਣੀ ਦੇ ਸਕਦੇ ਜੋ ਉਹਨਾਂ ਨੇ ਟਿੱਪਣੀ ਕੀਤੀ ਆ। ਮੈਨੂੰ ਉਮੀਦ ਆ ਕਿ ਅੱਧੇ ਘੰਟੇ ਤੱਕ ਉਹ ਡਿਲੀਟ ਹੋ ਜੂਗੀ। ਅੱਛਾ, ਡਿਲੀਟ ਹੋ ਜੂਗੀ। ਮਾਲੀ ਸਾਹਿਬ, ਪੰਜਾਬ ਦੀਆਂ ਸਮੱਸਿਆਵਾਂ ਕਿਵੇਂ ਡਿਲੀਟ ਹੋਣਗੀਆਂ? ਸਰ ਮੇਰਾ ਸਵਾਲ ਤਾਂ ਇਹੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਮੈਂ ਕਰਨਾ ਚਾਹੁੰਦਾ, ਨਾ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਨਾ ਚਾਹੁੰਦਾ। ਮੈਂ ਵਾਰ ਵਾਰ ਕਹਿ ਰਿਹਾ ਸਰ, ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ, ਪੰਜਾਬ ਦੇ ਮੁੱਦਿਆਂ ਤੇ ਫੋਕਸ ਹੋਣਾ ਚਾਹੀਦਾ ਹੈ। ਮਾਲੀ ਸਾਹਿਬ, ਕੇਪੀ ਜੀ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ, ਪੰਜਾਬ ਦੇ ਮੁੱਦੇ ਫੋਕਸ ਹੋ ਗਏ, ਜਿਹੜੀਆਂ ਬਾਕੀ ਗੱਲਾਂ ਨੇ ਉਹ ਡਿਲੀਟ ਹੋਣਗੀਆਂ। ਹਾਈ ਕਮਾਂਡ ਦਾ ਜਦੋਂ ਰੁੱਖ ਸਾਹਮਣੇ ਆ ਗਿਆ ਨਾ, ਵੀ ਤਬਦੀਲੀ ਦਾ ਰੌਂ ਆ, ਦੇਖੋ ਤੁਸੀਂ ਕਿਵੇਂ ਡਿਲੀਟ ਹੋ ਰਿਹਾ ਸਾਰਾ ਕੁਛ ਹੋਊਗਾ। ਦੂਜੀ ਗੱਲ, ਜਿਹੜੀ ਪਹਿਲੀ ਗੱਲ ਸਾਡੇ ਤੋਂ ਫੋਰਸ ਲਾਏ ਸੀ ਮਾਫੀਏ ਦੇ, ਇਹਦਾ ਮਤਲਬ ਮੰਨਦੇ ਆ ਵੀ ਨਾ ਮਾਫੀਆ ਉਦੋਂ ਸੀ ਨਾ ਮਾਫੀਆ ਹੋਣਾ। ਮਾਫੀਆ ਨੀਤੀ ਨਾਲ ਪੈਦਾ ਹੁੰਦਾ, ਜਦੋਂ ਤੁਸੀਂ ਨੀਤੀ ਬਦਲਦੇ ਹੋ, ਸ਼ਕਤੀਆਂ ਦਾ ਕੇਂਦਰੀਕਰਨ ਕਰਦੇ ਹੋ, ਉਦੋਂ ਮਾਫੀਆ ਪੈਦਾ ਹੁੰਦਾ। ਨੀਤੀ ਬਦਲੇ ਬਿਨਾ ਮਾਫੀਆ ਨਹੀਂ ਖਤਮ ਹੋ ਸਕਦਾ, ਚਾਹੇ ਉਹ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ। ਨਹੀਂ ਨਹੀਂ, ਇੱਕ ਮਿੰਟ ਮਾਲੀ ਸਾਹਿਬ ਜਦੋਂ ਮਾਫੀਆ ਦੀ ਗੱਲ ਆ ਰਹੀ ਹੈ ਤੇ ਉਸ ਵਿਚਾਲੇ ਹਰੀਸ਼ ਰਾਵਤ ਦਾ ਹੀ ਬਿਆਨ ਸੁਣਿਆ, ਨਵਜੋਤ ਸਿੰਘ ਸਿੱਧੂ ਦਾ ਬਿਆਨ ਸੁਣਿਆ। ਨਵਜੋਤ ਸਿੰਘ ਸਿੱਧੂ ਕਾਂਗਰਸ ਕਹਿੰਦੀ 80ਆਂ ਚੋਂ ਇੱਕ ਨੇ, ਤੇ ਰਾਵਤ ਸਾਹਿਬ ਲੀਡਰ ਨੇ, ਕੈਪਟਨ ਅਮਰਿੰਦਰ ਸਿੰਘ ਲੀਡਰ ਹੈ, ਜਾਖੜ ਸਾਹਿਬ ਲੀਡਰ ਹੈ। ਮੈਂ ਸਾ ਲੀਡਰਾਂ ਨੂੰ ਪਾਸੇ ਰੱਖ ਕੇ ਇੱਕ ਸਵਾਲ ਕਰਨਾ ਚਾਹੁੰਦਾ ਮਾਲੀ ਸਾਹਿਬ, ਨਵਜੋਤ ਸਿੰਘ ਸਿੱਧੂ ਨੂੰ 80ਆਂ ਚੋਂ ਇੱਕ ਵਾਲੇ ਨੂੰ ਹਾਈਕਮਾਂਡ ਉੱਥੇ ਕਿਉਂ ਸੱਦ ਰਹੀ ਹੈ? ਸਰ ਲੀਡਰ ਤਾਂ ਹੈ ਨਹੀਂ, ਉਹ ਕਿਉਂ ਸੱਦੇ ਪਏ ਉਹ? ਇਸ ਕਰਕੇ ਆ ਕਿਉਂਕਿ ਉਹਨੇ ਇੱਕ ਬਦਲਵੇਂ ਤੇ ਨਵੇਂ ਵਿਚਾਰ ਪੇਸ਼ ਕੀਤੇ ਆ। ਜੇ ਹਾਈਕਮਾਂਡ ਇਹ ਕਹਿੰਦੀ ਆ 18 ਨੁਕਤਿਆਂ ਬਾਰੇ ਕਾਰਗੁਜ਼ਾਰੀ ਦਾ ਜਵਾਬ ਦਿਓ, ਇਹਦਾ ਮਤਲਬ ਕੀ ਹੈ ਜੀ? ਉਹ 18 ਨੁਕਤੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਨੇ ਸਵਾਲ ਉਠਾਏ ਨੇ, ਮੈਨੂੰ ਪਤਾ ਨੀ ਉਹ ਲਾਜ਼ਮੀ ਹੋਣਗੇ? ਤੋ ਇਸ ਕਰਕੇ ਮੁੱਦਿਆਂ ਤੇ ਫੋਕਸ ਹੋ ਰਹੀ ਆ ਲੜਾਈ। ਅਕਾਲੀ ਦਲ ਭੱਜਣਾ ਚਾਹੁੰਦਾ ਇਥੋਂ, ਆਮ ਆਦਮੀ ਪਾਰਟੀ ਠੀਕ ਆ ਸੌਫਟ ਕਾਰਨਰ ਰੱਖਦੀ ਆ, ਪਰ ਨੀਤੀ ਪਾਲਿਸੀ ਦੇ ਤੌਰ ਤੇ ਇਹ ਐਂਡੋਰਸ ਨਹੀਂ ਕਰਦੀ। ਦੋ ਚਾਰ ਮਸਲਿਆਂ ਤੇ ਇਹਨਾਂ ਨੇ ਕਹਿਤਾ ਸੀ ਮੁੱਦੇ ਉਠਾਉਂਦੇ ਰਹੇ ਹਾਂ। ਕਰਤਾਰਪੁਰ ਲਾਂਘੇ ਬਾਰੇ ਇਹਨਾਂ ਨੇ ਕੀ ਕਿਹਾ ਜੀ? ਇਹਨਾਂ ਨੇ ਖੁੱਲਾ ਪਾਕਿਸਤਾਨ ਨਾਲ ਬਾਰਡਰ ਬਾਰੇ ਕੀ ਕਿਹਾ ਜੀ? ਇਹਨਾਂ ਨੇ ਜੋ ਖੇਤੀ ਦੀ ਬਦਲਵੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਕੀ ਕਿਹਾ ਜੀ? ਜੋ ਹਿੰਦੂ ਰਾਸ਼ਟਰਵਾਦ ਮਤਲਬ ਇਹ ਆ, ਨੀਲ ਗਰਗ ਜੀ, ਗਿੱਲ ਸਾਹਿਬ, ਬਲੀਵਾਲ ਸਾਹਿਬ, ਹੁਣ ਪੰਜਾਬ ਦੇ ਮੁੱਦੇ ਫੋਕਸ ਹੋ ਗਏ, ਇਹਨਾਂ ਬਾਰੇ ਤੁਹਾਨੂੰ ਆਪਦੇ ਵਿਚਾਰ ਨੀਤੀ ਪਾਲਿਸੀ ਦੱਸਣੀਆਂ ਪੈਣਗੀਆਂ। ਤੇ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਕੇ ਮੈਂ ਪਿੱਛੇ ਲੱਗਣ ਨੂੰ ਤਿਆਰ ਹਾਂ, ਇਹ ਨੁਕਤਿਆਂ ਤੇ ਅਮਰਿੰਦਰ ਸਿੰਘ ਸਰਕਾਰ ਚਲਾਉਣ, ਉਹਨੇ ਗੱਲ ਕਲੀਅਰ ਕਰਤੀ। ਚਲੋ ਠੀਕ ਹੈ, ਸਤਿੰਦਰ ਸਿੰਘ ਗਿੱਲ, ਮੈਂ ਤੁਹਾਡੇ ਤੋਂ ਸਿੱਧਾ ਸਵਾਲ ਕਰ ਰਿਹਾ ਕਿ ਪੰਜਾਬ ਦਾ ਜਿਹੜਾ ਲਾਂਘਾ ਹੈ ਗੁਆਂਢੀ ਮੁਲਕ ਦੇ ਨਾਲ, ਕੀ ਉਹ ਖੁੱਲ੍ਹਣਾ ਚਾਹੀਦਾ? ਸ਼੍ਰੋਮਣੀ ਅਕਾਲੀ ਦਲ ਇਸ ਨੂੰ ਇੰਡੋਰਸ ਕਰਦਾ, ਸ਼੍ਰੋਮਣੀ ਅਕਾਲੀ ਦਲ ਆਪਣੇ ਮੈਨੀਫੈਸਟੋ ਵਿੱਚ ਇਸ ਮੁੱਦੇ ਨੂੰ ਲਿਆਊਗਾ? ਕਰਤਾਰਪੁਰ ਸਾਹਿਬ ਵਾਲੇ ਲਾਂਘੇ? ਨਹੀਂ ਨਹੀਂ ਸਰ, ਨਹੀਂ ਸਰ, ਜਿਹੜਾ ਵਪਾਰਕ ਲਾਂਘੇ ਆ ਸਰ, ਮੈਂ ਉਹਦੀ ਗੱਲ ਕਰ ਰਿਹਾ ਸਰ। ਕਰਤਾਰਪੁਰ ਲਾਂਘੇ ਬਾਰੇ ਤਾਂ ਖੁੱਲ੍ਹਣਾ ਚਾਹੀਦਾ ਜੀ, ਬਿਲਕੁਲ ਖੁੱਲ੍ਹਣਾ ਚਾਹੀਦਾ। ਸਭ ਤੋਂ ਜ਼ਿਆਦਾ ਇਫੈਕਟ ਹੀ ਉਹਦਾ ਮਾਝੇ ਨੂੰ ਹੈ, ਕਿੰਨਾ ਟਰਾਂਸਪੋਰਟ ਦਾ ਕੰਮ ਸੀ, ਜਿਹੜੇ ਉੱਥੇ ਕੁਲੀ ਕੰਮ ਕਰਦੇ ਸੀ, ਕਿੰਨੇ ਹੀ ਲੋਕ ਕੰਸਰਨਡ ਨੇ। ਖੁੱਲ੍ਹਣਾ ਚਾਹੀਦਾ, ਬਿਲਕੁਲ ਖੁੱਲ੍ਹਣੀ ਚਾਹੀਦੀ ਹੈ ਇੰਪੋਰਟ। ਤੁਸੀਂ ਸਰ ਸਰਕਾਰ ਨਾਲ ਰਹੇ ਹੋ, ਪਿੱਛੇ ਤੁਸੀਂ ਸਰਕਾਰ ਨੂੰ ਛੱਡਿਆ, ਤੁਸੀਂ ਇਸ ਮੁੱਦੇ ਤੇ ਕਿੰਨੀ ਵਾਰੀ ਸਰਕਾਰ ਨਾਲ ਰਾਬਤਾ ਕੀਤਾ ਕਿ ਇਹ ਲਾਂਘੇ ਹੁਸੈਨੀ ਵਾਲਾ ਬਾਰਡਰ ਤੇ ਆ ਜਿਹੜਾ ਅਟਾਰੀ ਵਾਹਗਾ ਬਾਰਡਰ ਹੈ, ਇਹਦੇ ਵਪਾਰਕ ਰਸਤੇ ਸਾਡੇ ਲਈ ਖੁੱਲ੍ਹਣੇ ਚਾਹੀਦੇ? ਕਿੰਨੀ ਵਾਰੀ ਸਰ ਤੁਸੀਂ ਰਾਬਤਾ ਕੀਤਾ ਗਿੱਲ ਸਾਹਿਬ? ਉੱਥੇ ਕੇਪੀ ਜੀ ਬੜੀ ਵਾਰੀ ਗੱਲ ਕੀਤੀ ਹੈ, ਪਰ ਗੱਲ ਇਹ ਆ ਵੀ ਜਿਹੜੇ ਮੋਦੀ ਸਾਹਿਬ ਹੈ ਨਾ,
ਉਹ ਡਿਕਟੇਟਰਸ਼ਿਪ ਵਾਂਗੂ ਨੇ ਕਿਤੇ ਵੀ ਐਨਡੀਏ ਦੇ ਕੋਈ ਵੀ ਜਿਹੜੇ ਪਾਰਟਨਰ ਸੀ ਨਾ ਉਹਨਾਂ ਦੇ ਐਨਡੀਏ ਦੇ ਜਿਹੜੇ ਵੀ ਪਾਰਟਨਰ ਜਿਵੇਂ ਅਸੀਂ ਸੀ ਐਨਡੀਏ ਦੇ ਪਾਰਟਨਰ ਕਦੀ ਉਹ ਮੀਟਿੰਗ ਨਹੀਂ ਕੀਤੀ ਕਦੀ ਉਹ ਸੁਣਦੇ ਹੀ ਨਹੀਂ ਸੀ ਮਾਲੀ ਸਾਹਿਬ ਨੇ ਗੱਲ ਕੀਤੀ ਅਕਾਲੀ ਦਲ ਪਿੱਛੇ ਹਟਦਾ ਰਿਹਾ ਇਸ਼ੂ ਤੋਂ ਮਾਲੀ ਸਾਹਿਬ ਅਸੀਂ ਕਿਸੇ ਇਸ਼ੂ ਤੋਂ ਨਹੀਂ ਹਟੇ ਪਿੱਛੇ ਜੇ ਪੰਜਾਬ ਦੀ ਲੜਾਈ ਭਾਵੇਂ ਉਹ ਇਲੈਕਸ਼ਨਾਂ ਦੇ ਰੂਪ ਚ ਪੰਚਾਇਤੀ ਇਲੈਕਸ਼ਨ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਬਾਈ ਇਲੈਕਸ਼ਨ ਪਾਰਲੀਮੈਂਟ ਅਕਾਲੀ ਦਲ ਨੇ ਹਲੇ ਹਰ ਇੱਕ ਇਲੈਕਸ਼ਨ ਲੜੀ ਆ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਹੀ ਲੜੀ ਹਾਲਾਂਕਿ ਸਰ ਇਲੈਕਸ਼ਨ ਲੜਨ ਦਾ ਮੁੱਦਾ ਨਹੀਂ ਹੈਗਾ ਸਰ ਮੁੱਦਾ ਹੈਗਾ ਸਰ ਮੁੱਦਾ ਇਹ ਹੈਗਾ ਮੁੱਦਾ ਹੈਗਾ ਇਲੈਕਸ਼ਨ ਕਿਹੜੇ ਮੁੱਦਿਆਂ ਤੇ ਲੜੀ ਜਾਵੇ ਗਿੱਲ ਸਾਹਿਬ ਮੈਂ ਤਾਂ ਸਵਾਲ ਇਹ ਕਰ ਰਿਹਾ ਨਾ ਤੁਹਾਨੂੰ ਵੀ ਤੁਸੀਂ ਆਹ ਜਿਹੜਾ ਲਾਂਘੇ ਵਾਲਾ ਮਸਲਾ ਸਰ ਆਪਦੇ ਮੈਨੀਫੈਸਟੋ ਵਿੱਚ ਲੈ ਕੇ ਜਾ ਰਹੇ ਹੋ ਗੱਲ ਕਰ ਰਹੇ ਹੋ ਇਸ ਦੀ ਮੁੱਦਿਆਂ ਤੋਂ ਬਿਨਾਂ ਰਾਜਨੀਤੀ ਹੁੰਦੀ ਹੈ ਜੀ ਹਾਂ ਇਲੈਕਸ਼ਨ ਲੜੀ ਮੁੱਦਿਆਂ ਤੇ ਜਾਂਦੀ ਹੈ ਠੀਕ ਹੈ ਮੈਂ ਇੱਕ ਚੀਜ਼ ਹੋਰ ਕਹਿਣੀ ਹੈ ਨਵਜੋਤ ਸਿੱਧੂ ਕਹਿੰਦਾ ਮੈਂ ਇੱਕ ਗੱਲ ਦੱਸ ਦਿੰਦਾ ਆ ਰਿਹਾ ਬੜੀ ਗੱਲ ਜਾ ਰਿਹਾ ਬਸ ਚੱਲਦੀ ਹੈ ਇਹ ਪੋਸੀਬਲ ਹੈਗਾ ਕਦੀ 8000 ਬਸ ਤੁਸੀਂ ਸੋਚੋ ਤੇ ਸੀ ਤੇ ਸਾਰਿਆਂ ਦੀ ਜੋੜ ਦੀ ਹੈ ਤਾਂ ਨਹੀਂ 8000 ਬਸ ਬਣਦੀ ਹੋਣੀ ਮੈਂ ਮੀਡੀਆ ਨੂੰ ਰਿਕੁਐਸਟ ਕਰਦਾ ਥੋੜੀ ਜਿਹੜੀ ਉਹ ਬੋਲਦਾ ਨਾ ਉਹਨੂੰ ਚੈੱਕ ਜ਼ਰੂਰ ਕਰ ਲਿਆ ਨਹੀਂ ਨਹੀਂ ਤੁਸੀਂ ਇਹ ਗੱਲ ਦੱਸੋ ਨਾ ਗਿੱਲ ਸਾਹਿਬ ਆਪਾਂ ਥੋੜਾ ਕਲੀਅਰ ਕਰ ਲੈਣੇ ਗਿੱਲ ਸਾਹਿਬ ਆਪਾਂ ਕਲੀਅਰ ਕਰ ਲੈਣੇ ਸਰ ਕਲੀਅਰ ਕਰ ਲੈਣੇ ਸਰ ਤੁਸੀਂ ਬੈਠੇ ਹੋ ਇੱਥੇ ਬੇਨਤੀ ਹੈ ਇੱਕ ਸਵਾਲ ਪੁੱਛ ਲਓ ਕੇਪੀ ਦੀ ਇੱਕ ਸਵਾਲ ਪੁੱਛ ਲਓ ਮੇਰਾ ਇੱਕ ਹਾਂ ਬੋਲੋ ਗਿੱਲ ਸਾਹਿਬ ਨੂੰ ਪੁੱਛ ਲਓ ਕਿ ਬਾਲਾ ਨੇ ਕਿੰਨਾਂ ਦੀਆਂ ਬੱਸਾਂ ਖੋਲੀਆਂ ਨੇ ਉਹੀ ਨਾਮ ਦੱਸੋ ਹੋਈਆਂ ਨਹੀਂ ਰਾਜਧਾਨੀ ਇੰਡੋ ਕੈਨੇਡੀਅਨ ਕਿਸੇ ਆ ਬੈਠਾ ਇੰਡੋ ਕੈਨੇਡੀਅਨ ਦਾ ਸਾਬਕਾ ਮਾਲਕ ਆ ਬੈਠਾ ਮਾਲਕ ਤੁਸੀਂ ਆਪਾਂ ਜੰਗਲ ਨਾ ਮੈਂ ਆ ਬੈਠਾ ਸਾਹਮਣੇ ਮੈਂ ਪਾਰਟਨਰ ਸੀ ਉਹਦਾ ਕਿੰਨੀਆਂ ਨੇ ਜਿਹੜਾ 96 ਪਰਚੇ ਹੋਇਆ 96 ਪਰਚੇ ਗਿੱਲ ਸਾਹਿਬ ਸੁਣ ਲਓ ਨਾ ਜੋ ਬਲੀਵਾਲ ਜੀ ਇਲਜ਼ਾਮ ਲਾ ਰਹੇ ਆ ਇੱਥੇ ਤੁਸੀਂ ਕਹਿ ਰਹੇ ਹੋ ਕਿ ਇੱਕ ਮਿੰਟ ਸਰ ਸੁਣ ਲਓ ਨਾ ਗਿੱਲ ਸਾਹਿਬ ਸੁਣ ਲਓ ਨਾ ਸਰ ਸਵਾਲ ਤਾਂ ਸੁਣ ਲਓ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਦੇ ਰਾਜ ਵਿੱਚ ਮਾਫੀਆ ਰਾਜ ਹੈਗਾ ਤੁਸੀਂ ਜਿਹੜੇ ਮਾਫੀਆ ਗਿਣਾਏ ਸਰ ਤੁਸੀਂ ਆਪਦੀ ਗੱਲ ਰੱਖੀ ਤੁਸੀਂ ਹੁਣ ਕਿਹਾ ਕਿ ਮੀਡੀਆ ਨੂੰ ਕ੍ਰੋਸ ਚੈੱਕ ਕਰ ਲੈਣਾ ਚਾਹੀਦਾ ਹੈ ਜੋ ਨਵਜੋਤ ਸਿੰਘ ਸਿੱਧੂ ਬਿਆਨ ਦਿੰਦੇ ਆ ਇਹ ਗੱਲ ਵੀ ਤੁਹਾਡੀ ਮੰਨ ਲਈ ਸਰ ਮੈਂ ਕ੍ਰੋਸ ਚੈੱਕ ਕਰੂੰਗਾ ਸਰ ਮੈਂ ਲੰਬੂਗਾ ਵੀ ਉਹ ਸਹੀ ਕਹਿ ਰਹੇ ਆ ਪਰਮਿਟ ਵਾਲੀ ਗੱਲ ਜਾਂ ਝੂਠ ਕਹਿ ਰਹੇ ਆ ਪਰ ਬਲੀਵਾਲ ਜੀ ਕਾਂਗਰਸ ਸਪੋਕਸ ਪਰਸਨ ਹੈ ਉਹ ਤੁਹਾਡੇ ਤੇ ਇੱਥੇ ਇਲਜ਼ਾਮ ਲਾ ਰਹੇ ਆ ਸਰ ਉਹਦਾ ਜਵਾਬ ਹੈਗਾ ਗਿੱਲ ਸਾਹਿਬ ਤੁਹਾਡੇ ਕੋਲ ਕੋਈ ਕੀ ਇਲਜ਼ਾਮ ਲਾਇਆ ਜੀ ਇਹਨਾਂ ਨੇ ਅੱਛਾ ਮੈਂ ਇਲਜ਼ਾਮ ਲਾ ਰਿਹਾ ਕਿ ਇੰਡੋ ਕੈਨੇਡੀਅਨ ਕਿਵੇਂ ਕੋਈ ਰਾਜਧਾਨੀ ਟਰਾਂਸਪੋਰਟ ਕਿਵੇਂ ਕੋਈ ਬਾਕੀ ਪਿਆਰ ਵਾਲਿਆਂ ਨੂੰ ਕੀ ਕੀ ਆ ਚਲੋ ਹਕੀਕਤ ਕਹਿੰਦੇ ਆ ਜਿਹੜੀ ਮੈਂ ਜਵਾਬ ਦੇਣਾ ਜੀ ਬੋਲੋ ਦੇ ਦਾਂ ਜੀ ਬੋਲੋ ਏਪੀ ਜੀ ਜੇ ਕਿਸੇ ਤੋਂ ਕੋਈ ਚੀਜ਼ ਖੋਈ ਹੋਏ ਨਾ ਆ ਜਿਨ੍ਹਾਂ ਆਦਮੀਆਂ ਦੇ ਨਾਮ ਲੈ ਰਹੇ ਆ ਉਹ ਕੋਈ ਨਿਆਣੇ ਨਹੀਂ ਹੈਗੇ ਉਹਨਾਂ ਤੋਂ ਖੋਲਿਆ ਤੇ ਚੁੱਪ ਕਰਕੇ ਬਹਿ ਗਏ ਘਰ ਤੇ ਗੋਡਾ ਰੱਖ ਕੇ ਐਫਆਈਆਰ ਗੋਡਾ ਤੇ ਫਿਰ ਤੁਹਾਡੀ ਸਰਕਾਰ ਕਾਹਦੀ ਹੈ ਬਲੀਵਾਲ ਜੀ ਰੁਕ ਜਾ ਕਰੋ ਨਾ ਬਲੀਵਾਲ ਜੀ ਬਲੀਵਾਲ ਜੀ ਤੁਸੀਂ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ ਇਹਨਾਂ ਤੇ ਤੁਹਾਡੀ ਸਰਕਾਰ ਹੈ ਸਰ ਤੁਸੀਂ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਦੱਸਦੇ ਮੈਂ ਦੱਸਦਾ ਹੁਣ ਕੈਪਟਨ ਅਮਰਿੰਦਰ ਸਿੰਘ ਕੀ ਕਰਨ ਜਿਹੜੇ 25 ਸਾਲ ਪਹਿਲਾਂ ਪਰਚੇ ਦਰਜ ਹੋਇਆ ਕੈਂਸਲ ਹ
ਰਾਜਧਾਨੀ ਵਾਲਾ ਮਾਲਕ ਤੁਰਿਆ ਫਿਰ ਤਾਂ ਆਮ ਆਦਮੀ ਪਾਰਟੀ ਚ ਨਹੀਂ ਕਰਦੀ, ਤੁਸੀਂ ਕਰਵਾਓ ਸਟੇਟਮੈਂਟ ਉਹਦੀ, ਉਹਨੂੰ ਕਿਵੇਂ ਲੁੱਟੀ ਆ ਬੱਸ ਦੀ ਟਰਾਂਸਪੋਰਟ। अकाली दल एक दूजे इल्जाम लगा रहे हैं आम आदमी पार्टी नूं इस पूरे मामले च की लगता है सर? तुसीं तां वार वार कहिंदे आ मिले होए आ, इह मिले होए दा काम है। देखो जे ये मिले हुए ने ता ऐसे करके कार्रवाई नहीं हो रही। बलियावाल साहब आज भी रौला पा रहे हैं, जेने के सारे लोग की कह रहे हैं ये सिस्टम ओ 75-25 वाला सिस्टम ओही सिस्टम हैगा कि ये मिले हुए ने किसे मामले दे उत्ते कार्रवाई नहीं हुंदी, माफी दे उत्ते कार्रवाई नहीं हुंदी। और मैं एक माली साहब की गल का जवाब देना चाहना कि जाने के माली साहब ने जरा मुद्दा चुकया भी आम आदमी पार्टी इन्हों मुद्दों के उत्ते सॉफ्ट कॉर्नर रखती है। माली साहब तुसी दस दियो फिर किस तरीके नाल मुद्दे उठाए जांदे? मुद्दियां दे सॉफ्ट कॉर्नर नहीं किया उन्होंने, नीलगर साहब मुद्दियां दे सॉफ्ट कॉर्नर नहीं किया उन्होंने, सिद्धू साहब वाले मामले ते सॉफ्ट कॉर्नर किया तुहानू। देखो जे सिद्धू दा सिद्धू साहब दा संबंध हैगा, एक जदों उदन केजरीवाल साहब ने भी आख्या है वो कांग्रेस दे बहुत अच्छे लीडर ने, अच्छे इंसान ने, वो मुद्दे चुकते रहे हैं। पर अज जिहड़े ओही जिहड़े मैं ओही गल कह रहा वां, ये मुद्दे लगातार 4.5 साल तों असीं चुकते रहे हां। नीलगर साहब जे नीलगर साहब माली साहब कह रहे हैं सिद्धू साहब लिए सॉफ्ट कॉर्नर रख दियो, आज भी उम्मीद हैगी है सिद्धू साहब के लिए? एक मिनट गिल साहब प्लीज सर, गिल साहब सिद्धू साहब लिए आज भी आम आदमी पार्टी के कोले उम्मीद हैगी कि सिद्धू साहब तुहाडे कोले आ जाण? देखो साडे तो सारे लिए दरवाजे खुले ने, जो आना चाहन, वैसे हाले ऑफिशियली कोई गलबात नहीं हुई है। जेकर सिद्धू साहब आम आदमी पार्टी च आना चाहते स्वागत है उन्होंने। ठीक माली साहब मुद्दे तो कुर्सी कट्ठी चलती पी है सर, तो यह नखेड़ा किवें करांगे माली साहब? लास्ट कमेंट ठीक है जी, दोबारा बोलियो। मैं कहा मुद्दे ते कुर्सी सर कट्ठी चलदी पई है, नखेड़ा किवें करिए? नखेड़ा करन दी लोड़ नहीं जी, जिहड़ा सही मुद्दे उठाऊ सही गल करू कुर्सी उहदे वल आऊ ही आऊ। एक दूजे दे विरोध च है जी, एक तां है तुसीं कुर्सी खातर मुद्दे उठाउंदे हो, एक तुसीं लोकां नाल समाजिक सरोकारां लई मुद्दे उठाउंदे हो। लोक तुहानूं कुर्सी देणगे च कोई गलत गल नहीं। माली साहब मैं तुहाडी गल नूं अग्गे तोरदा सर, लास्ट सवाल तुहाडे तों लै रहे आ। सिद्धू साहब के कोले कड़ी हुई जादू छोड़ी है, सिद्धू साहब आ जाएंगे तो पंजाब सर खुशहाल हो जूगा, पंजाब के उत्ते एडा वड्डा संकट है, एडा वड्डा कर्जा है सर, सारा कुछ लै जूगा माली साहब? जदों तक नीतियां ते पालसियां नहीं बदलियां जांदियां, जदों तक कार्यशैली नहीं बदली जांदी, जदों तक समूह टीम वर्क नहीं हुंदा, कोई बंदा अजे पंजाब दा कख नहीं कर सकदा, ना पहला होया ना हुण होवे। ठीक बाबे गुरु नानक ने दो तीन गल्लां कहियां ने सानू, ਤੁਸੀਂ ਠੀਕ ਹੋ ਗਲਤ ਹੋ ਦੇਖ ਲਓ, ਪਾਪਾਂ ਵਾਜੋ ਹੋਵੇ ਨਾਹੀਂ ਮੋਇਆ ਸਾਥ ਨਾ ਜਾਵੇ। ਅਮੀਰ ਅਮੀਰ ਕਿਉਂ ਹੁੰਦਾ ਜਾ ਰਿਹਾ, ਗਰੀਬ ਗਰੀਬ ਕਿਉਂ ਹੁੰਦਾ ਜਾ ਰਿਹਾ, ਇਹਨਾਂ ਦੀਆਂ ਪਾਲਸੀਆਂ ਨੇ। ਇਹ ਕਹਿਣ ਨਾ ਜੀ ਮਾਇਆ ਧਾਰੀ ਇੰਨਾ ਬੋਲਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਦ ਗਾਵਣ ਬੈਠੇ ਸੁੱਤੇ। ਤੁਸੀਂ ਕਹੋ ਵੀ ਤੁਹਾਡਾ ਰਾਜ ਆ ਜਿਹੜਾ ਬਾਬੇ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਚੱਲਿਆ, ਉਹਦੀ ਬਾਣੀ ਤਾਂ ਦਰਸਾਓ। ਇਹ ਤਾਂ ਸਵਾਲ ਖੜੇ ਹੋ ਰਹੇ ਨੇ ਜੀ, ਨਵੀਂ ਗੱਲ ਕੀ ਆ? चलो बहुत धन्यवाद माली साहब तुहाडा, प्रितपाल सिंह बलीवाल तुहाडा बहुत धन्यवाद, नील गर्ग तुहाडा बहुत धन्यवाद, सतिंदर सिंह गिल तुहाडा बहुत धन्यवाद, सारे मेहमानों का ही धन्यवाद करते हैं। मैं एक सवाल किया सीगा किहड़ी डेडलाइन ते खड़े कैप्टन, पर यह मंच इस वेले बड़ी जिम्मेवारी नाल गल कह रहा कि किहड़ी डेडलाइन ते खड़े कैप्टन वाला सवाल है जिहड़ा वह असी नहीं पुछना चाहते गे, असी ये पुछना चाहते हैं किहड़ी डेडलाइन ते खड़ा पंजाब, ते पंजाब फोकस किंदा हैगा जां सिर्फ कुर्सी फोकस है, पंजाब दे मुद्दे फोकस है जां नहीं, पंजाब दे पानी फोकस है, पंजाब दी खेती, पंजाब दी किसानी, पंजाब दी जवानी, पंजाब दा अर्थचारा, ये सब फोकस है जां नहीं है? जे दो विधायकों के पुत्तां दी नौकरी दा मुद्दा उठता है तो की पंजाब दी जिहड़ी बेरोज़गार जवानी उन्हां नूं बेरोज़गारी भत्ते दा मुद्दा क्यों नहीं उठता गा? पंजाब विच बिजली महंगी है, पंजाब विच होर माफिया राज है, उस मुद्दियां दी गल कौन करेगा? यही सवाल है मेरी सरकार, बहुत धन्यवाद।